ਹਾਂਜੀ, ਗੁੱਡ ਈਵਨਿੰਗ ਟੂ ਆਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦਾ ਟੋਪਿਕ ਪਤਾ ਹੀ ਹੈ ਜੀ, ਮੈਥਸ ਕਲਾਸ ਪਾਰਟਨਰਸ਼ਿਪ। ਬਹੁਤ ਹੀ ਸਿੰਪਲ ਟੋਪਿਕ ਹੈ ਜੀ। ਮੈਨੂੰ ਮੈਥਸ ਦੀ ਕਲਾਸ ਦੇ ਵਿੱਚੋਂ ਅਗਰ ਕੋਈ ਸਭ ਤੋਂ ਸਿੰਪਲ ਟੋਪਿਕ ਲੱਗਦਾ ਪਾਰਟਨਰਸ਼ਿਪ। ਬਹੁਤ ਈਜ਼ੀ ਟੋਪਿਕ ਹੈ ਪਾਰਟਨਰਸ਼ਿਪ। ਟੋਪਿਕ ਦੇ ਵਿੱਚ ਬੇਸਿਕਲੀ ਅਗਰ ਆਪਾਂ ਗੱਲ ਕਰੀਏ, ਲਾਈਕ ਮੰਨ ਲਓ ਟੂ ਪਰਸਨਸ ਦੀ ਗੱਲ ਕਰੇਗਾ। ਉਹਨਾਂ ਨੇ ਕੁਛ ਮਨੀ ਨੂੰ ਇਨਵੈਸਟ ਕੀਤਾ ਹੋਊਗਾ। ਸਪੋਜ਼ ਕਰੋ ਏ ਨੇ 100 ਰੁਪੀਸ ਕਰਤੇ, ਬੀ ਨੇ 200 ਰੁਪੀਸ ਕਰਤੇ, ਕੀ ਦਿੱਤਾ ਹੋਏਗਾ ਜੀ ਮਨੀਸ, ਅਤੇ ਕਿੰਨੇ ਟਾਈਮ ਪੀਰੀਅਡ ਲਈ। ਫੋਰ ਸੇ ਕਿ ਕੋਈ 2 ਮਹੀਨੇ ਲਈ ਇਨਵੈਸਟ ਕਰ ਰਿਹਾ, ਬੀ ਜਿਹੜਾ ਹੈਗਾ 4 ਮਹੀਨੇ ਲਈ ਇਨਵੈਸਟ ਕਰ ਰਿਹਾ। ਤਾਂ ਬੇਸਿਕਲੀ ਮਨੀਸ ਅਤੇ ਟਾਈਮ, ਜਿੰਨਾ ਪੈਸਾ ਜਿੰਨੇ ਟਾਈਮ ਲਈ ਇਨਵੈਸਟਮੈਂਟ ਕਰੇਗਾ, ਆਪਾਂ ਨੇ ਉਹਨੂੰ ਮਲਟੀਪਲਾਈ ਕਰਕੇ ਲਿਖਣਾ। ਮੰਨ ਲਓ 2 ਮੰਥ ਲਈ ਜਾਂ 4 ਮੰਥ ਲਈ। ਕਲੀਅਰ ਹੈ ਜੀ? ਦੋ ਚੀਜ਼ਾਂ ਪਾਰਟਨਰਸ਼ਿਪ ਟੋਪਿਕ ਦੇ ਵਿੱਚ ਦਿੱਤੀਆਂ ਹੁੰਦੀਆਂ ਕਿਸੇ ਪਰਸਨ ਦੇ ਰਿਗਾਰਡਿੰਗ, ਕਿੰਨਾ ਪੈਸਾ ਕਿੰਨੇ ਟਾਈਮ ਲਈ ਇਨਵੈਸਟ ਕਰੇਗਾ ਜੀ। ਫਿਰ ਆਪਾਂ ਨੂੰ ਪੁੱਛ ਲਿਆ ਜਾਂਦਾ ਕਿ ਇਹ ਪਰਸਨ ਜਿਹੜੇ ਹੈਗੇ ਹੈ, ਇਨਵੈਸਟ ਅਗਰ ਕਰਨਗੇ ਤਾਂ ਕੁਛ ਨਾ ਕੁਛ ਪ੍ਰੋਫਿਟ ਤਾਂ ਮਿਲੇਗਾ ਹੀ। ਕੋਈ ਬੰਦਾ ਇਨਵੈਸਟ ਉਹ ਉਸ ਚੀਜ਼ ਲਈ ਹੀ ਕਰਦਾ, ਉਹਨੂੰ ਬਾਅਦ ਦੇ ਵਿੱਚ ਕੁਛ ਰਿਟਰਨ ਚਾਹੀਦੀ ਹੁੰਦੀ ਹੈ। ਤਾਂ ਕੁਸ਼ਚਨ ਜਿਹੜਾ ਹੈਗਾ ਆਪਣਾ, ਜਾਂ ਤਾਂ ਬੇਸਿਕ ਪੁੱਛ ਲਏਗਾ ਕਿ ਇਹਨਾਂ ਦੋਨਾਂ ਦੀ ਪ੍ਰੋਫਿਟ ਰੇਸ਼ੋ ਕੀ ਹੋਏਗੀ, ਏ ਅਤੇ ਬੀ ਦੀ। ਤਾਂ ਪ੍ਰੋਫਿਟ ਰੇਸ਼ੋ ਉਹੀ ਹੋਏਗੀ ਜੀ ਜਿਸ ਰੇਸ਼ੋ ਦੇ ਵਿੱਚ ਉਹ ਮਨੀ ਇਨਵੈਸਟ ਕਰਨਗੇ। ਸਮਝ ਆ ਰਹੀ ਹੈ ਗੱਲ? ਇਹਨਾਂ ਦਾ ਰੇਸ਼ੋ ਪੁੱਛਿਆ ਜਾਏਗਾ ਕਿ ਐਂਡ ਆਫ ਦਾ ਇਨਵੈਸਟਮੈਂਟ ਪੀਰੀਅਡ। ਬੇਸਿਕਲੀ ਆਪਾਂ 1 ਈਅਰ ਮੰਨ ਕੇ ਚੱਲਦੇ ਹਾਂ ਜੀ। ਦਿੱਤਾ ਹੋਊਗਾ 1 ਈਅਰ, 12th ਮੰਥ ਦੇ ਸਕਦਾ, 2 ਸਾਲ ਦੇ ਸਕਦਾ। 2 ਸਾਲ ਦਿੱਤੇ ਹੋਣਗੇ ਤਾਂ 24 ਮੰਥ ਲਈ ਇਨਵੈਸਟ ਕਰਨਗੇ, ਠੀਕ ਹੈ। 3 ਸਾਲ ਦਿੱਤੇ ਹੋਣਗੇ ਤਾਂ 36 ਮੰਥ ਲਈ ਇਨਵੈਸਟ ਕਰਨਗੇ। ਅਲੱਗ ਅਲੱਗ ਵੀ ਦੇ ਸਕਦਾ ਕਿ ਏ ਨੇ ਕੁਛ ਮੰਥ ਲਈ ਇਨਵੈਸਟ ਕੀਤਾ, ਪੂਰੇ ਨਹੀਂ ਹੈ ਜੀ, 12 ਮਹੀਨੇ ਨਹੀਂ ਹੈ, 6 ਮੰਥ ਲਈ ਹੈ। ਬੀ ਹੋ ਸਕਦਾ 1 ਸਾਲ ਲਈ ਹੀ ਇਨਵੈਸਟ ਕਰਦਾ ਹੋਵੇ। ਤਾਂ ਕੀ ਹੈ, ਟਾਈਮ ਪੀਰੀਅਡ ਅਲੱਗ ਅਲੱਗ ਦਿੱਤਾ ਹੋ ਸਕਦਾ, ਮਨੀਜ਼ ਅਲੱਗ ਅਲੱਗ ਦਿੱਤੀਆਂ ਹੋ ਸਕਦੀਆਂ ਨੇ, ਦੋਨਾਂ ਦਾ ਮਲਟੀਪਲਾਈ ਕਰਨਾ ਆਪਾਂ ਨੇ ਜੀ, ਠੀਕ ਹੈ। ਤਾਂ ਉਹੀ ਜਿਹੜੀ ਚੀਜ਼ ਬਣੇਗੀ, ਉਹਨਾਂ ਦੀ ਰੇਸ਼ੋ ਵੀ ਤੁਹਾਡੀ ਪ੍ਰੋਫਿਟ ਦੀ ਰੇਸ਼ੋ ਹੋਊਗੀ ਜੀ। ਇੰਨਾ ਚੀਜ਼ ਕਲੀਅਰ? ਰੇਸ਼ੋ ਪੁੱਛੀ ਜਾਏਗੀ ਪ੍ਰੋਫਿਟ ਦੀ ਐਟ ਦਾ ਐਂਡ ਆਫ ਦਾ ਗਿਵਨ ਟਾਈਮ ਪੀਰੀਅਡ। ਕਿੰਨਾ ਟਾਈਮ ਪੀਰੀਅਡ ਹੋ ਸਕਦਾ, ਦਿੱਤਾ ਹੋਊਗਾ ਜੀ 1 ਸਾਲ ਬਾਅਦ ਪੁੱਛ ਰਿਹਾ ਕਿ 2 ਸਾਲ ਬਾਅਦ ਪੁੱਛ ਰਿਹਾ ਕਿ 3 ਸਾਲ ਬਾਅਦ, ਕੁਸ਼ਚਨ ਕਰਾਂਗੇ ਆਈਡੀਆ ਹੋ ਜਾਏਗਾ। ਜਾਂ ਫਿਰ ਕੀ ਦਿੱਤਾ ਹੋ ਸਕਦਾ ਕਿ ਤੁਹਾਨੂੰ ਦਿੱਤਾ ਹੋਏਗਾ ਕਿ ਐਟ ਦਾ ਐਂਡ ਕੁਛ ਪ੍ਰੋਫਿਟ ਹੋਇਆ, ਲੈਟਸ ਸੇ ਕਿ ਉਹਨਾਂ ਨੂੰ ਮੰਨ ਲਓ 500 ਰੁਪਏ ਪ੍ਰੋਫਿਟ ਹੋ ਗਿਆ ਜੀ। ਇਹ ਪੁੱਛ ਸਕਦਾ ਕਿ ਏ ਨੂੰ ਕਿੰਨੇ ਪੈਸੇ ਮਿਲੇ ਹੋਣਗੇ ਪ੍ਰੋਫਿਟ ਦੇ ਵਿੱਚੋਂ, ਅਤੇ ਬੀ ਨੂੰ ਕਿੰਨੇ ਮਿਲੇ ਹੋਣਗੇ। ਬੇਸਿਕਲੀ ਏ ਨੂੰ ਕਿੰਨੇ ਪੈਸੇ ਮਿਲੇ, ਬੀ ਨੂੰ ਕਿੰਨੇ ਪੈਸੇ ਮਿਲੇ, ਉਹਦਾ ਮਤਲਬ ਉਹ ਰੇਸ਼ੋ ਹੀ ਪੁੱਛ ਰਿਹਾ ਇੱਕ ਤਰ੍ਹਾਂ ਦੀ। ਮੰਨ ਲਓ 500 ਦੇ ਵਿੱਚੋਂ ਮੈਂ ਕਹਿ ਦੇਣਾ ਜੀ ਏ ਨੂੰ 200 ਰੁਪਏ ਮਿਲੇ, ਬੀ ਨੂੰ 300 ਰੁਪਏ ਮਿਲੇ, ਤਾਂ ਪਹਿਲਾਂ ਤਾਂ ਆਪਾਂ ਨੂੰ ਰੇਸ਼ੋ ਹੀ ਕੱਢਣੀਆਂ ਪੈਣਗੀਆਂ ਨਾ, ਕਿ ਦੋਨਾਂ ਦੀ ਪਹਿਲਾਂ ਰੇਸ਼ੋ ਕੀ ਸੀ ਆਊਟ ਆਫ ਦਾ 500। 2:3 'ਚ ਉਹਨਾਂ ਨੂੰ ਪੈਸਾ ਮਿਲਿਆ ਹੋਇਆ, ਫਿਰ ਆਪਾਂ ਕੱਢ ਲਾਂਗੇ। ਮੰਨ ਲਓ ਪਹਿਲਾਂ ਜਿਹੜੀ ਆਹ ਚੀਜ਼ ਆਊਗੀ ਨਾ, ਇਹ ਤੋਂ ਹੀ ਆਊਗੀ। ਸਮਝ ਆ ਰਹੀ ਗੱਲ? ਜਿਹੜਾ ਕੋਨਸੈਪਟ ਕੀਤਾ, ਤਾਂ ਮੰਨ ਲਓ ਏ ਨੂੰ 2 ਪੈਸੇ ਮਿਲੇ, ਟੋਟਲ ਕਿੰਨੇ 'ਚੋਂ, 2 ਏ ਕੋਲ ਆ ਤਾਂ ਬੀ ਕੋਲ 3 ਹੈ, ਟੋਟਲ 5 ਰੁਪਏ ਦੇ ਵਿੱਚੋਂ। ਸਮਝ ਆ ਰਹੀ ਹੈ ਜੀ ਗੱਲ? ਇਹ ਜਿਹੜੀ ਰੇਸ਼ੋ ਹੈ ਇਹ ਕੀ ਸ਼ੋ ਕਰ ਰਹੀ ਹੈ ਕਿ ਅਗਰ ਏ ਨੂੰ 2 ਰੁਪਏ ਮਿਲ ਰਹੇ ਹੈ ਤਾਂ ਬੀ ਨੂੰ ਕਿੰਨੇ ਮਿਲਣਗੇ ਜੀ? 3 ਰੁਪਏ ਮਿਲਣਗੇ। ਤਾਂ ਇਸ ਰੇਸ਼ੋ ਦਾ ਕੀ ਮਤਲਬ ਹੋ ਗਿਆ, ਅਗਰ ਮੈਨੇ ਏ ਦੀ ਅਮਾਊਂਟ ਕੱਢਣੀ ਹੈ ਏ ਨੂੰ 2 5 ਰੁਪਏ ਦੇ ਵਿੱਚੋਂ, ਜੇ ਟੋਟਲ 5 ਰੁਪਏ ਹੋਣਗੇ ਨਾ 2+3, ਤਾਂ ਟੋਟਲ 5 ਰੁਪਏ ਹੈ ਜੀ। ਬਟ ਮੈਨੂੰ ਤਾਂ 500 ਰੁਪਏ 'ਚ ਪੁੱਛਿਆ ਗਿਆ ਨਾ, ਲੈਟਸ ਸੇ ਕਿ ਪੂਰਾ ਪ੍ਰੋਫਿਟ ਦਿੱਤਾ ਹੋਇਆ, ਤਾਂ 500 'ਚੋਂ ਵੀ ਕੱਢ ਸਕਦੇ ਹਾਂ। ਸਮਝ ਆ ਰਹੀ ਗੱਲ? ਅਤੇ ਏ ਨੂੰ ਕਿੰਨਾ? 200 ਰੁਪਇਆ। ਦਿਸ ਇਜ਼ ਟਾਈਪ ਆਫ ਕੁਸ਼ਚਨਸ ਪੁੱਛਦਾ ਕੀ ਹੈ, ਇਹ ਤਾਂ ਬਹੁਤ ਬੇਸਿਕ ਹੈ। ਜਿਸ ਬੱਚੇ ਨੂੰ ਲੱਗ ਰਿਹਾ ਹੋਊਗਾ ਜੀ ਬਹੁਤ ਹੀ
ਸਿੰਪਲ ਚੱਲ ਰਿਹਾ, ਕੁਛ ਐਡਵਾਂਸ ਬੱਚੇ ਵੀ ਬੈਠੇ ਹੁੰਦੇ ਆ, ਉਹ ਥੋੜ੍ਹਾ ਜਿਹਾ 10-15 ਮਿੰਟ ਸ਼ਾਂਤੀ ਬਣਾ ਕੇ ਰੱਖਣ ਬਸ। ਕਿਉਂਕਿ ਆਪਾਂ ਨੇ ਕੀ ਕਰਨਾ ਹੁੰਦਾ, ਜਿਹੜੇ ਬਹੁਤ ਹੀ ਬੇਸਿਕ ਲੈਵਲ ਤੋਂ ਸਟੂਡੈਂਟ ਹੁੰਦੇ ਆ, ਇੱਕ ਵਾਰ ਉਹਨਾਂ ਨੂੰ ਆਪਣੇ ਲੈਵਲ ਤੱਕ ਲੈ ਕੇ ਆਉਣਾ ਹੁੰਦਾ, ਉਸ ਤੋਂ ਬਾਅਦ ਲੈਵਲ ਟੈਸਟਿੰਗ ਕਰਨੀ ਹੁੰਦੀ ਹੈ, ਹੈ ਨਾ। ਚਲੋ ਫਸਟ ਕਨਸੈਪਟ ਦੇ ਬੇਸ 'ਤੇ ਕਰਾਂਗੇ, ਜ਼ਿਆਦਾ ਕੁਛ ਹਜੇ ਡਿਸਕਸ ਨਹੀਂ ਮੈਂ ਕਰ ਰਿਹਾ ਜੀ। ਫਸਟ ਕੁਐਸਚਨ ਦੀ ਗੱਲ ਕਰ ਰਹੇ ਜੀ ਆਪਾਂ, ਫਰੋਮ ਸਿੰਪਲ ਟੂ ਐਡਵਾਂਸ। ਮੈਂ ਚਾਹੂੰਗਾ ਕਿ ਟੋਪਿਕ ਜਿਹੜਾ ਹੈਗਾ ਇੱਕ ਕਲਾਸ 'ਚ ਖਤਮ ਹੋ ਜਾਵੇ, ਬਟ ਅਕੋਰਡਿੰਗ ਟੂ ਯੋਰ ਡਾਊਟ, ਤੁਹਾਡੀ ਸਮਝਣ ਦੀ ਕੈਪੇਬਿਲਿਟੀ, ਅਗਰ ਦੋ ਕਲਾਸਿਸ ਦੀ ਡਿਮਾਂਡ ਕਰਦੀ ਹੋਊਗੀ ਤਾਂ ਦੋ ਵੀ ਲਵਾਂਗੇ। ਸਮਝ ਆ ਰਹੀ ਗੱਲ? ਜਦੋਂ ਤੱਕ ਤੁਹਾਨੂੰ ਚੀਜ਼ ਸਮਝ ਨਹੀਂ ਆਊਗੀ ਉਦੋਂ ਤੱਕ ਆਪਾਂ ਫੋਰਵਰਡ ਮੂਵ ਨਹੀਂ ਕਰਾਂਗੇ। ਬਟ ਟੋਪਿਕ ਇਜ਼ ਵੈਰੀ ਸਿੰਪਲ, ਇੱਕ ਕਲਾਸ ਤੋਂ ਜ਼ਿਆਦਾ ਤਾਂ ਟੋਪਿਕ ਇਹ ਹੈ ਨਹੀਂ ਗਾ ਜੀ, ਕਲੀਅਰ ਹੈ। ਲੈਟਸ ਸੇ ਫਸਟ ਕੁਐਸਚਨ ਬਾਰੇ ਆਪਾਂ ਨੇ ਗੱਲ ਕਰਨੀ ਹੈ ਜੀ। ਦੇਖੋ ਰੀਡ ਕਰ ਲਓ ਫਸਟ ਕੁਐਸਚਨ ਕੀ ਕਹਿੰਦਾ। ਅਗਰ ਕੋਈ ਪੰਜਾਬੀ ਮੀਡੀਅਮ ਲੱਗਦਾ ਕਿ ਪੰਜਾਬੀ ਦੇ ਵਿੱਚ ਹੀ ਪੜ੍ਹਨਾ ਜ਼ਰੂਰੀ ਹੈ, ਤਾਂ ਮੈਂ ਸਟੇਟਮੈਂਟ ਨੂੰ ਕਨਵਰਟ ਕਰ ਦੇਣਾ। ਨੀਤਿਕਾ ਅਤੇ ਨਿਸ਼ਿਤਾ ਦੋ ਪਰਸਨ ਹੈ ਜੀ, ਇੱਕ ਪਾਰਟਨਰਸ਼ਿਪ ਇਨਵੈਸਟਮੈਂਟ ਦੇ ਵਿੱਚ ਆ ਗਏ ਕਿ ਪਾਰਟਨਰਸ਼ਿਪ ਦੇ ਵਿੱਚ ਇਨਵੈਸਟਮੈਂਟ ਕਰਨੀ ਹੈ ਕਿਸੇ ਬਿਜ਼ਨਸ ਦੇ ਵਿੱਚ, ਅਤੇ ਦੋਨਾਂ ਦੇ ਵਿੱਚੋਂ ਫਸਟ ਪਰਸਨ ਨੇ 50,000 ਰੁਪੀਜ਼ ਇਨਵੈਸਟ ਕੀਤਾ ਜੀ, ਦੂਜੇ ਨੇ 40,000 ਰੁਪੀਜ਼ ਇਨਵੈਸਟ ਕੀਤਾ। ਲਿਖਣ ਦਾ ਤਰੀਕਾ ਨੀਤਿਕਾ ਐਂਡ ਨਿਸ਼ਿਤਾ, ਜ਼ਿਆਦਾ ਪੂਰਾ ਨੇਮ ਨੂਮ ਪਾਉਣਾ ਨਹੀਂ ਹੁੰਦਾ ਆਪਾਂ ਨੇ, ਠੀਕ ਹੈ। ਆਪਾਂ ਨੇ ਆਂਸਰ ਕੱਢਣਾ ਹੈ। ਹਾਂਜੀ 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 ਬੋਲੋ। ਓਕੇ ਇੱਥੇ ਦਿਖ ਰਿਹਾ ਜੀ ਜਿੱਥੇ ਮੇਰਾ ਹੈਂਡ ਹੈ। ਓਕੇ ਇੱਥੇ ਸੋਲਵ ਕਰਦੇ ਹਾਂ ਜੀ। ਨੀਤਿਕਾ ਅਤੇ ਨਿਸ਼ਿਤਾ ਦੋ ਪਰਸਨਸ ਦੀ ਗੱਲ ਚੱਲ ਰਹੀ ਹੈ ਜੀ। ਬੇਸਿਕਲੀ ਆਪਾਂ ਨੇ ਉਹਨਾਂ ਦੀ ਇਨਵੈਸਟਮੈਂਟ ਰੇਸ਼ੋ ਲੈ ਲੈਣੀ ਹੁੰਦੀ ਹੈ ਜਿਸ ਅਮਾਊਂਟ ਦੇ ਵਿੱਚ ਉਹ ਇਨਵੈਸਟ ਕਰ ਰਹੇ ਹੈ। ਨਿਸ਼ਿਤਾ 50,000 ਰੁਪੀਜ਼ ਇਨਵੈਸਟ ਕਰੇਗੀ ਜੀ, ਸੋਰੀ ਨਿਕਿਤਾ ਐਂਡ ਨਿਸ਼ਿਤਾ ਜਿਹੜੀ ਹੈਗੀ ਹੈ 40,000 ਰੁਪੀਜ਼ ਇਨਵੈਸਟ ਕਰੇਗੀ। ਫਾਈਂਡ ਦਾ ਸ਼ੇਅਰ ਆਫ ਨਿਕਿਤਾਜ਼ ਪ੍ਰੋਫਿਟ ਆਫ ਰੁਪੀਜ਼ 2,500, ਇੰਨਾ ਮੇਰਾ ਪ੍ਰੋਫਿਟ ਹੈ ਜੀ, ਟੋਟਲ ਪ੍ਰੋਫਿਟ ਹੈ ਇੰਨੇ ਪ੍ਰੋਫਿਟ ਆਫ ਰੁਪੀਜ਼ ਇੰਨਾ, ਇੱਕ ਸਾਲ ਬਾਅਦ ਆਫਟਰ 1 ਈਅਰ। ਦੋਨੇ ਹੀ ਬੰਦੇ ਇੱਕ ਸਾਲ ਲਈ ਇਨਵੈਸਟ ਕਰ ਰਹੇ ਹੈ ਕਿਸੇ ਬਿਜ਼ਨਸ ਦੇ ਵਿੱਚ, ਇੱਕ ਸਾਲ ਮਤਲਬ 12 ਮੰਥ, 12 ਮੰਥ ਲਈ ਇਨਵੈਸਟ ਕਰ ਦਿੰਦੇ ਆ। ਆਊਟ ਐਟ ਦਾ ਐਂਡ ਆਫ ਦਾ ਈਅਰ, ਇੱਕ ਸਾਲ ਬਾਅਦ ਇਹਨਾਂ ਦੋਨਾਂ ਨੂੰ ਮਿਲਾ ਕੇ ਇੰਨਾ ਪ੍ਰੋਫਿਟ ਹੋ ਰਿਹਾ ਜੀ 2,500। ਬਟ ਮੈਨੂੰ ਸਿਰਫ ਕਿਹਦਾ ਸ਼ੇਅਰ ਪੁੱਛਿਆ ਗਿਆ ਜੀ, ਨਿਕਿਤਾ ਦਾ, ਫਸਟ ਪਰਸਨ ਦਾ ਸ਼ੇਅਰ ਪੁੱਛਿਆ ਗਿਆ ਪ੍ਰੋਫਿਟ ਦੇ ਵਿੱਚ। ਇਨਵੈਸਟਮੈਂਟ ਸ਼ੇਅਰ ਤਾਂ ਉਹਦਾ ਦੇ ਹੀ ਰੱਖਿਆ। ਮੈਂ ਤੁਹਾਨੂੰ ਕਨਸੈਪਟ ਦੇ ਵਿੱਚ ਇਹ ਚੀਜ਼ ਦੱਸੀ ਸੀਗੀ ਕਿ ਟਾਈਮ ਨੂੰ ਆਪਾਂ ਦੋਨੇ ਸਾਈਡ ਮਲਟੀਪਲਾਈ ਕਰਨੇ ਹੈ ਜੀ, 12-12 ਮੰਥ। ਬੇਸਿਕਲੀ ਆਪਾਂ ਨੇ ਮੰਥ 'ਚ ਲੈ ਕੇ ਚੱਲਣਾ ਹੈ, ਕੋਈ ਵੀ ਪਰਸਨ ਇਹਨੂੰ ਈਅਰ ਦੇ ਵਿੱਚ ਨਹੀਂ ਰੱਖੂਗਾ, ਕਿਉਂਕਿ ਇੰਨਾ ਸਿੰਪਲ ਕੁਐਸਚਨ ਪੇਪਰ 'ਚ ਆਏਗਾ ਨਹੀਂ। ਉਹਨਾਂ ਨੇ ਕਹਿਣਾ ਹੈ ਕਿ 5 ਮਹੀਨੇ ਪਾਤਾ ਪੈਸਾ, 5 ਮਹੀਨੇ ਲਈ ਕੱਢਤਾ, 6 ਮਹੀਨੇ ਲਈ ਪਾਤਾ, 3 ਮਹੀਨੇ ਲਈ ਕੱਢਤਾ, ਉਹਨੇ 4 ਮਹੀਨੇ ਲਈ ਪਾਤਾ। ਇਸ ਕੁਐਸਚਨ ਨੂੰ ਮੰਥ 'ਚ ਜਾਏ ਬਿਨਾਂ ਸੋਲਵ ਨਹੀਂ ਕਰਨਾ, ਕਲੀਅਰ ਵਰਡ ਸੁਣ ਲਓ ਪਹਿਲਾਂ ਇੱਕ, ਕਿਉਂਕਿ ਇੰਨਾ ਸਿੰਪਲ ਕੁਐਸਚਨ ਆਏਗਾ ਨਹੀਂ ਈਅਰ ਵਾਲਾ। ਕਲੀਅਰ ਹੈ ਜੀ? ਮਨੀ ਨੂੰ ਟਾਈਮ ਨਾਲ ਮਲਟੀਪਲਾਈ ਕੀਤਾ ਹੋਇਆ, ਮਨੀ ਨੂੰ ਟਾਈਮ ਨਾਲ, ਇੱਕ ਸਾਲ ਕਿਹਾ ਸੀ ਤਾਂ 12 ਮੰਥ। ਬਟ ਦੇਖੋ ਆਪਣਾ ਅਲਟੀਮੇਟ ਏਮ ਕੀ ਹੁੰਦਾ, ਜਦੋਂ ਮੈਂ ਮੈਥੇਮੈਟਿਕਸ ਦੇ ਕੁਐਸਚਨ ਕਰਦਾ ਕਿ ਕੈਲਕੂਲੇਸ਼ਨ ਨੂੰ ਜਿੰਨਾ ਤੁਸੀਂ ਸਿੰਪਲੀਫਾਈ ਅਤੇ ਰਿਡਿਊਸ ਕਰਕੇ ਚੱਲੋ ਉਨਾ ਬੈਟਰ ਹੈ। ਅਗਰ ਦੋਨੋਂ ਸਾਈਡ ਟਾਈਮ ਪੀਰੀਅਡ ਸੇਮ ਹੁੰਦਾ ਤਾਂ ਟਾਈਮ ਲਿਖਣ ਦੀ ਲੋੜ ਨਹੀਂ ਹੈ, ਕਿਉਂਕਿ ਕੱਟਣੇ ਤਾਂ ਮੈਨੇ ਦੋਨੇ ਸਾਈਡ ਹੀ ਹੈ ਨਾ। ਰੇਸ਼ੋ ਮੀਨਸ ਸਿੰਪਲੀਫਿਕੇਸ਼ਨ ਕਰਨਾ ਜੀ ਦੋਨੇ ਸਾਈਡ ਆਪਾਂ ਨੇ, ਸਮਝ ਆ ਰਹੀ ਹੈ ਗੱਲ? ਤਾਂ ਬੇਸਿਕਲੀ ਅਗਰ ਤਾਂ ਟਾਈਮ ਹੀ ਅਲੱਗ ਅਲੱਗ ਹੁੰਦਾ, 3 ਮੰਥ 4 ਮੰਥ ਹੁੰਦਾ ਤਾਂ ਰੱਖਣਾ ਹੀ ਪੈਂਦਾ। ਬਟ ਅਗਰ ਉਹ ਸੇਮ ਟਾਈਮ ਪੀਰੀਅਡ ਦੀ ਗੱਲ ਕਰ ਰਿਹਾ ਇਨ ਆ ਈਅਰ, ਕੁਛ ਚੇਂਜ ਨਹੀਂ ਕਰ ਰਿਹਾ ਦੋਨਾਂ ਲਈ, ਤਾਂ ਇਹਨੂੰ ਖਤਮ ਹੀ ਕਰ ਦਿਓ ਯਾਰ, ਭੁੱਲ ਜਾਓ ਕਿ ਕਿਸ ਚੀਜ਼ ਦੀ ਗੱਲ ਚੱਲ ਰਹੀ ਹੈ। ਤਾਂ ਜਿਸ ਰੇਸ਼ੋ ਦੇ ਵਿੱਚ ਮਨੀ ਹੈਗੀ ਹੈ ਉਸੇ ਰੇਸ਼ੋ ਦੇ ਵਿੱਚ ਉਹਨਾਂ ਦੀ ਇਨਵੈਸਟਮੈਂਟ, ਯਾਨੀ ਕਿ 5:4।
ਸਮਝ ਆ ਰਿਹਾ ਜੀ, 3 ਜੀਰੋਆਂ 4 ਜੀਰੋਆਂ ਜੋ ਵੀ ਹੈਗੀਆਂ ਜੀ, ਦੋਨੇ ਪਾਸੇ ਕੱਟ ਆਊਟ ਹੋ ਗਈਆਂ। ਇਸ ਤੋਂ ਕੀ ਪਤਾ ਲੱਗ ਰਿਹਾ ਜੀ, ਤੁਹਾਡਾ ਨਿਤਿਕਾ ਦਾ ਸ਼ੇਅਰ, ਨਿਕਿਤਾ ਦਾ ਸ਼ੇਅਰ 5 out of 9, ਬਟ ਮੈਨੂੰ ਕਿੰਨੇ 'ਚੋਂ ਪੁੱਛਿਆ, 22,500 ਚੋਂ, 22,500 ਦੇ ਵਿੱਚੋਂ ਮੈਨੂੰ ਸ਼ੇਅਰ ਪੁੱਛਿਆ। ਕਿਹੜੇ ਟੇਬਲ 'ਤੇ ਕੱਟ ਰਿਹਾ ਜੀ, ਕਿੰਨਾ ਜੋ ਕੱਟ ਕੇ 2,500, ਇੰਨੀ ਫਾਸਟ ਕੈਲਕੂਲੇਸ਼ਨ। ਅੱਛਾ ਜੀ, ਵੈਸੇ ਵੀ ਫਾਸਟ ਹੀ ਹੈ, ਇਹਦੇ 'ਚ ਕਿਹੜਾ ਕੁਛ ਔਖਾ ਹੈ। ਤਾਂ ਕਿੰਨਾ ਆ ਗਿਆ ਜੀ, 1,2500, 25,125, ਚਲੋ ਠੀਕ ਹੈ, ਇਹ ਆਨਸਰ ਹੈ ਜੀ ਆਪਣਾ, ਕੋਈ ਡਾਊਟ। ਇਹ ਸਿਰਫ ਇਸ ਕਰਕੇ ਕੁਸ਼ਚਨ ਕਰਾਇਆ ਗਿਆ ਕਿਉਂਕਿ ਮੈਂ ਬਹੁਤ ਹੀ ਸਟਾਰਟਿੰਗ ਤੋਂ ਕਿਸੇ ਕੰਸੈਪਟ ਨੂੰ ਬਿਲਡ ਕਰਨ ਦੀ ਕੋਸ਼ਿਸ਼ ਕਰ ਰਿਹਾ। ਸਮਝ ਆ ਰਹੀ ਹੈ ਜੀ, ਪਾਰਟਨਰਸ਼ਿਪ ਦਾ ਸਿਰਫ ਕੰਸੈਪਟ ਬਿਲਡਿੰਗ ਕਰਨ ਦਾ ਕੁਸ਼ਚਨ। ਜੇ ਮੈਂ ਕਹਾਂ ਕਿ ਮੈਂ ਐਜ਼ ਅ ਐਗਜ਼ਾਮੀਨਰ ਇਹ ਕੁਸ਼ਚਨ ਐਗਜ਼ਾਮ 'ਚ ਪਾਊਂਗਾ ਤਾਂ ਸੋਰੀ, ਨਹੀਂ ਆਊਗਾ, ਠੀਕ ਹੈ। ਨਾਓ ਅੰਡਰਸਟੈਂਡਿੰਗ ਬਿਲਡ ਕਰਨੀ ਹੈ। ਪਾਰਟਨਰਸ਼ਿਪਸ ਅਗਰ 2 ਪਰਸਨ 'ਚ ਹੈਗੀ ਹੈ ਤਾਂ 3 'ਚ ਵੀ ਆ ਸਕਦੀ ਹੈ, 4 'ਚ ਵੀ ਆ ਸਕਦੀ ਹੈ। ਪੇਪਰ ਦੇ ਵਿੱਚ ਬੇਸਿਕਲੀ 3 ਤੱਕ ਆਉਂਦੀ ਹੈ, ਇਸ ਤੋਂ ਜ਼ਿਆਦਾ ਲੰਬੀ ਪਾਰਟਨਰਸ਼ਿਪ ਜਿਹੜੀ ਹੈਗੀ ਹੈ ਦੇਖੀ ਨਹੀਂ ਗਈ ਕੰਪਲੈਕਸ ਕੁਸ਼ਚਨ ਦੇ ਵਿੱਚ ਵੀ। 3 ਪਰਸਨ ਦੀ ਪਾਰਟਨਰਸ਼ਿਪ ਦੀ ਗੱਲ ਚੱਲ ਰਹੀ ਹੈ ਜੀ। ਨਾਓ ਨਿੱਕੀ, ਨਿਸ਼ਾ, ਅਨੂ ਪਾਰਟਨਰਸ਼ਿਪ ਕਰਦੇ ਹਾਂ ਜੀ, ਇਨਵੈਸਟਮੈਂਟਸ ਕਰਦੇ ਹਾਂ 75,000, 60,000, 40,000 ਰਿਸਪੈਕਟਿਵਲੀ, ਮਤਲਬ ਉਸੀ ਆਰਡਰ ਦੇ ਵਿੱਚ ਜਿਸ ਆਰਡਰ ਦੇ ਵਿੱਚ ਨੇਮਸ ਗਿਵਨ ਨੇ। ਰਿਸਪੈਕਟਿਵਲੀ ਦਾ ਮਤਲਬ ਸਮਝਦੇ ਹੋਵੋਗੇ, ਪੰਜਾਬੀ ਮੀਡੀਅਮਸ ਲਈ ਮੈਂ ਥੋੜ੍ਹਾ ਜਿਹਾ ਸਪੈਸ਼ਲ ਫੋਕਸ ਕਰ ਰਿਹਾ, ਕਿਸੇ ਨੂੰ ਪੜ੍ਹਨ 'ਚ ਦਿੱਕਤ ਹੋ ਰਹੀ ਹੈ। ਆਫਟਰ 3 ਈਅਰਸ ਆਫ ਓਪਰੇਸ਼ਨ ਦੇ ਹੈਡ ਆ ਨੈੱਟ ਪ੍ਰੋਫਿਟ ਆਫ ਰੁਪੀਜ਼ 26,250। ਇਸ ਕੁਸ਼ਚਨ ਦੇ ਵਿੱਚ ਮੈਨੂੰ ਸਭ ਤੋਂ ਪਹਿਲਾਂ ਇਹ ਦੱਸ ਦਿਓ ਕਿ ਟਾਈਮ ਲੈਣ ਦੀ ਜ਼ਰੂਰਤ ਹੈ ਨਾਲ, ਸਮਝ ਆ ਰਹੀ ਹੈ। ਅਗਰ ਟਾਈਮ ਹਰ ਇੱਕ ਪਰਸਨ ਲਈ ਸੇਮ ਹੈ ਕਿ ਉਹ 3-3 ਸਾਲ ਲਈ ਹੀ ਇਨਵੈਸਟ ਕਰ ਰਹੇ ਹਾਂ ਤਾਂ ਟਾਈਮ ਨੂੰ ਭੁੱਲ ਜਾਓ, ਖਤਮ ਹੀ ਕਰ ਦਿਓ ਬਸ। 3 ਸਾਲ ਦਾ ਆਪਾਂ ਨੇ ਹੁਣ ਨਾਲ ਟਾਈਮ ਪੀਰੀਅਡ ਲੈਣਾ ਨਹੀਂ ਹੈ ਜੀ, ਕਲੀਅਰ। ਨਿੱਕੀ, ਨਿਸ਼ਾ, ਅਨੂ 75,000, 60,000, 40,000, ਹਜ਼ਾਰਾਂ 'ਚ ਗੱਲ ਚੱਲ ਰਹੀ ਹੈ ਜੀ, ਹਜ਼ਾਰ ਖਤਮ ਕਰ ਦਿਓ, 75 ਲਿਖ ਲੈਂਦੇ ਹਾਂ, 60 ਲਿਖ ਲੈਂਦੇ ਹਾਂ, 40 ਲਿਖ ਲੈਂਦੇ ਹਾਂ। ਕੁਸ਼ਚਨ ਸੋਲਵ ਕਰਵਾਉਣਾ ਜਾਂ ਕੰਸੈਪਟ ਕਰਵਾਉਣਾ ਹੀ ਮਤਲਬ ਨਹੀਂ ਹੈ, ਇਕੱਲਾ ਕੈਲਕੂਲੇਸ਼ਨ ਕਿਵੇਂ ਕਰਨੀ ਹੈ, ਕਿੰਨੀ ਫਾਸਟ ਕਰਨੀ ਹੈ, ਉਹ ਵੀ ਆਪਣਾ ਪਰਪਜ਼ ਨਾਲ ਸੋਲਵ ਹੋਏਗਾ। ਜੀਰੋਜ਼ ਦਿਖ ਰਹੀਆਂ ਨੇ, 3 ਜੀਰੋਜ਼ ਬਾਅਦ ਦੇ ਵਿੱਚ ਕੱਟਣਗੀਆਂ ਤਾਂ ਮੈਂ ਇੱਥੋਂ ਹੀ ਖਤਮ ਕਰ ਰਿਹਾ ਜੀ। ਅਮਾਊਂਟ ਆਫ ਮਨੀ ਇਨ ਰੇਸ਼ੋਜ਼ ਰੱਖਣੀ ਹੈ ਤਾਂ ਹਜ਼ਾਰ ਹਜ਼ੂਰ ਖਤਮ ਕਰ ਦਿਓ ਪਹਿਲੀ, ਕਲੀਅਰ। ਟਾਈਮ 3 ਸਾਲ ਇਕੱਠਾ ਚੱਲ ਰਿਹਾ, ਮੈਂ ਲੈ ਨਹੀਂ ਰਿਹਾ ਖਤਮ, ਤਾਂ ਇਹ ਰੇਸ਼ੋ ਬਣ ਗਈ ਜੀ ਤੁਹਾਡੀ, ਕਲੀਅਰ। ਨਾਓ ਨੈੱਟ ਪ੍ਰੋਫਿਟ ਮਿਲ ਰਿਹਾ ਜੀ ਉਹਨਾਂ ਨੂੰ 3 ਸਾਲ ਇਨਵੈਸਟ ਕਰਨ ਤੋਂ ਬਾਅਦ, 26,250। ਪੁੱਛਿਆ ਕਿਹਦਾ ਜੀ ਸ਼ੇਅਰ ਤੁਹਾਨੂੰ, ਅਨੂ ਦਾ, ਵੇਅਰ ਇਜ਼ ਅਨੂ, ਅਨੂ ਇਜ਼ ਹੇਅਰ, ਠੀਕ ਹੈ। ਇਹਨੂੰ ਸਿੰਪਲੀਫਾਈ ਕਰ ਲਓ, ਹੋਰ ਕਿਹੜੇ ਟੇਬਲ 'ਤੇ ਕੱਟਦਾ, 5 ਦੇ ਟੇਬਲ 'ਤੇ, 15, 12, 8, ਅਨੂ ਨੂੰ 8 ਰੁਪਏ ਮਿਲਦੇ ਹੈ ਟੋਟਲ, ਤਿੰਨਾਂ ਨੂੰ ਕਿੰਨੇ ਮਿਲਦੇ ਹੈ ਜੀ, 35। ਆ ਤਿੰਨਾਂ ਨੂੰ ਜਦੋਂ ਮਿਲਾ ਕੇ ਮੈਨੂੰ ਪਤਾ ਲੱਗਿਆ ਅਨੂ ਨੂੰ 8 ਰੁਪਏ ਮਿਲਦੇ ਆ ਟੋਟਲ 35 ਚੋਂ। ਇਹਦਾ ਮਤਲਬ ਇਹ ਹੁੰਦਾ ਜੀ, ਅਗਰ ਰੇਸ਼ੋ ਦੇ ਵਿੱਚ ਕੋਈ ਚੀਜ਼ ਗਿਵਨ ਹੈਗੀ ਹੈ ਤਾਂ ਉਹਨਾਂ ਸਾਰਿਆਂ ਦੇ ਸ਼ੇਅਰ ਦੇ ਵਿੱਚੋਂ ਅਨੂ ਦਾ ਸ਼ੇਅਰ 8 ਰੁਪਏ ਹੈ, ਨਿਸ਼ਿਕਾ ਦਾ ਸ਼ੇਅਰ, ਨਿਸ਼ਾ ਦਾ ਸ਼ੇਅਰ 12 ਹੈ ਅਤੇ ਨਿੱਕੀ ਦਾ ਸ਼ੇਅਰ 15 ਹੈ। ਪੁੱਛਿਆ ਕਿੰਨੇ 'ਚ ਹੋਇਆ, ਪੁੱਛਿਆ ਕਿੰਨੇ 'ਚ ਹੋਇਆ, ਕੁਸ਼ਚਨ ਸੌਖੇ ਲੱਗ ਰਹੇ, ਰੁਕ ਜਾਓ 5 ਮਿੰਟ। ਹਾਂਜੀ ਕਿਹੜੇ ਟੇਬਲ 'ਤੇ, 5 'ਤੇ, ਚਲੋ 5 'ਤੇ ਕੱਟ ਲਓ, 12,
7 ਆ ਗਿਆ ਜੀ ਉਰੇ 5 25 2 ਠੀਕ ਹੈ ਜੀ। ਇਸ ਤੋਂ ਬਾਅਦ ਵੀ ਕਰ ਲਈਏ ਸਿੰਪਲੀਫਾਈ 7 ਦੇ ਟੇਬਲ 'ਤੇ 5 0 ਨਾਓ 75 ਨੂੰ 8 ਨਾਲ ਮਲਟੀਪਲਾਈ ਕਰ ਲਓ ਜੀ, ਇਹਨਾਂ ਦਾ ਕਹਿੰਦੇ ਜੀ 6000 ਆ ਗਿਆ ਆਂਸਰ ਹੈਗਾ ਜੀ ਕਿਤੇ ਆ ਰਿਹਾ। ਕਨਸੈਪਟ ਕਲੀਅਰ ਹੈ ਜੀ। ਪਾਰਟਨਰਸ਼ਿਪ ਦੇ ਕੁਐਸਚਨ ਦੇ ਵਿੱਚ ਸਿਰਫ ਮਨੀ ਨੂੰ ਟਾਈਮ ਦੇ ਨਾਲ ਮਲਟੀਪਲਾਈ ਕਰ ਲਓ ਤਾਂ ਆਪਣਾ ਜੋ ਰੇਸ਼ੋ ਦੇ ਵਿੱਚ ਇਨਵੈਸਟਮੈਂਟ ਰੇਸ਼ੋ ਚੱਲ ਰਹੀ ਹੈ ਉਹੀ ਰੇਸ਼ੋ ਆਪਣੀ ਪ੍ਰੋਫਿਟ ਰੇਸ਼ੋ ਹੈ। ਬਹੁਤ ਹੀ ਬੇਸਿਕ ਕਨਸੈਪਟ ਹੈ, ਲੇਕਿਨ ਇੰਨਾ ਈਜ਼ੀ ਕੁਐਸਚਨ ਐਗਜ਼ਾਮ ਦੇ ਵਿੱਚ ਨਾ ਤਾਂ ਕਦੇ ਆਇਆ ਨਾ ਕਦੇ ਆਉਂਦਾ। ਅੱਗੇ ਅੱਗੇ ਦੇਖਾਂਗੇ ਜੀ ਕਿਸ ਟਾਈਪ ਦੇ ਕੁਐਸਚਨ ਆਉਂਦੇ ਹਨ, ਕਿਉਂਕਿ ਜਦੋਂ ਕਨਸੈਪਟ ਚੇਂਜ ਹੋਊਗਾ ਮੈਂ ਉਹਦੀ ਗੱਲ ਕਰੂੰਗਾ, ਪਹਿਲਾਂ ਕੁਐਸਚਨ ਹੀ ਦੇਖ ਲਓ ਸਾਰੇ। ਏ ਬੀ ਸੀ ਡੀ ਨਾਓ 4 ਬੰਦੇ, 2 ਬੰਦੇ ਦੀ ਗੱਲ ਕਰ ਚੁੱਕੇ, 3 ਬੰਦੇ ਦੀ ਗੱਲ ਹੋ ਗਈ ਜੀ। ਕੋਈ ਡਾਊਟ ਹੈਗਾ ਜੀ? ਲਾਈਫ ਸਟੂਡੈਂਟ ਦਾ ਕਿਸੇ ਦਾ ਮਾਈਕ ਔਨ ਹੋਇਆ ਸੀ? 4 ਪਰਸਨਸ, 4 ਬੰਦੇ ਪਾਰਟਨਰਸ਼ਿਪ ਦੇ ਵਿੱਚ ਆ ਰਹੇ ਹੈ ਜੀ। ਏ ਸਬਸਕ੍ਰਾਈਬਸ 1/3 ਆਫ ਦਾ ਕੈਪੀਟਲ, ਏ ਕੈਪੀਟਲ ਹੈ ਜੀ ਕੋਈ ਟੋਟਲ, ਮੰਨ ਲਓ ਇਨਵੈਸਟਮੈਂਟ ਦੇ ਵਿੱਚ ਕੋਈ ਟੋਟਲ ਕੈਪੀਟਲ ਆ ਗਈ, ਅਗਰ ਮੈਂ ਇੱਥੇ ਲਿਖਦਾ ਵਿਜੀਬਲ ਹੋ ਜਾਏਗਾ ਜੀ ਲਾਈਵ ਸਟੂਡੈਂਟ ਜਿਹੜੇ ਬੈਠੇ ਹੈ ਇਸ ਸਾਈਟ, ਚਲੋ ਇੱਥੇ ਲਿਖ ਲਓ। ਮੰਨ ਲਓ ਕੋਈ ਕੈਪੀਟਲ ਹੈ ਜੀ, ਟੋਟਲ ਕੈਪੀਟਲ ਹੈ ਮੰਨ ਲਓ ਕੋਈ, ਮੈਂ ਤਾਂ ਮੰਨ ਲਓ 1000 ਰੁਪੀਜ਼ ਮੰਨ ਲੈਂਦਾ, ਗਿਵਨ ਨਹੀਂ ਹੈ ਇਸ ਕੁਐਸਚਨ ਦੇ ਵਿੱਚ। ਇੱਕ ਚੀਜ਼ ਕਲੀਅਰ ਹੈ, ਤੁਹਾਨੂੰ ਕੈਪੀਟਲ ਗਿਵਨ ਨਹੀਂ ਹੈ ਜੀ ਵੀ ਕਿੰਨਾ ਪੈਸਾ ਇਨਵੈਸਟ ਕਰ ਰਹੇ ਹੈ, ਬਟ ਇਹ ਚੀਜ਼ ਹੈ ਕਿ ਜਿੰਨੀ ਵੀ ਉਰੇ ਕੈਪੀਟਲ ਹੋਊਗੀ ਉਹ ਉਹਦੇ ਵਿੱਚ 4 ਪਰਸਨ ਇਨਵੈਸਟ ਕਰ ਰਹੇ ਹੈ ਜੀ ਆਪਣਾ, ਏ ਬੀ ਸੀ ਡੀ। ਨਾਓ ਉਸ ਕੈਪੀਟਲ ਦੇ ਵਿੱਚੋਂ ਹਿੱਸੇ ਦੱਸਦੇ ਕਿ ਟੋਟਲ ਕੋਈ ਵੀ ਕੈਪੀਟਲ ਹੋਊਗੀ ਉਹਦਾ 1/3 ਹਿੱਸਾ ਏ ਇਨਵੈਸਟ ਕਰੇਗਾ ਜੀ, 1/4 ਪਾਰਟ ਬੀ ਨੇ ਇਨਵੈਸਟ ਕਰਨਾ ਹੈ, 1/5 ਪਾਰਟ ਜਿਹੜਾ ਹੈਗਾ ਜੀ ਸੀ ਨੇ ਇਨਵੈਸਟ ਕਰਨਾ ਹੈ, ਅਤੇ ਰੈਸਟ ਡੀ ਨੇ ਰੈਸਟ ਜਿੰਨਾ ਬਚ ਗਿਆ। ਅਤੇ ਉਸ ਤੋਂ ਬਾਅਦ ਕੀ ਹੈ ਜੀ, ਸ਼ੇਅਰ ਆਫ ਡੀ ਆਊਟ ਆਫ ਪ੍ਰੋਫਿਟ। ਟੋਟਲ ਪ੍ਰੋਫਿਟ 6000 ਹੋਇਆ ਹੋਊਗਾ ਅਤੇ ਤੁਹਾਨੂੰ ਡੀ ਦਾ ਕੀ ਚਾਹੀਦਾ ਜੀ, ਪ੍ਰੋਫਿਟ ਚਾਹੀਦਾ। ਬੇਸਿਕਲੀ ਮੈਂ ਤੁਹਾਨੂੰ ਇੱਕ ਚੀਜ਼ ਇਹੀ ਕਹਿ ਰਿਹਾ ਸੀਗਾ ਕਿ ਪ੍ਰੋਫਿਟ ਉਸੇ ਰੇਸ਼ੋ ਦੇ ਵਿੱਚ ਆਊਗਾ ਜਿਸ ਰੇਸ਼ੋ ਦੇ ਵਿੱਚ ਇਨਵੈਸਟਮੈਂਟ ਹੈ। ਮੰਨ ਲਓ ਇਹ ਸਾਰੀਆਂ ਰੇਸ਼ੋ ਆਫ ਇਨਵੈਸਟਮੈਂਟ ਹੀ ਚੱਲ ਰਹੀਆਂ ਨੇ ਨਾ, ਕਿ 1/3 ਹਿੱਸਾ 1/4 ਹਿੱਸਾ ਮੰਨ ਲਓ ਇਹਨੇ ਕਰਤਾ, ਟਾਈਮ ਉਰੇ ਗਿਵਨ ਨਹੀਂ ਹੈ ਤਾਂ ਗੱਲ ਹੀ ਨਾ ਕਰੋ। ਅਗੇਨ ਹੋ ਸਕਦਾ 2 ਸਾਲ ਲਈ ਇਨਵੈਸਟ ਕੀਤਾ ਹੋਵੇ ਹਰੇਕ ਨੇ, 3 ਸਾਲ ਲਈ ਕੀਤਾ ਹੋਵੇ ਤਾਂ ਕੋਈ ਇਸ਼ੂ ਨਹੀਂ ਹੈ, ਟਾਈਮ ਖਤਮ ਹੋ ਗਿਆ ਤਾਂ ਜਿਸ ਰੇਸ਼ੋ ਦੇ ਵਿੱਚ ਕੈਪੀਟਲ ਇਨਵੈਸਟ ਹੋ ਰਹੀ ਹੈ ਉਸੇ ਰੇਸ਼ੋ 'ਚ ਤੁਹਾਡਾ ਪ੍ਰੋਫਿਟ ਆਏਗਾ। ਮੈਨੂੰ ਬੇਸਿਕਲੀ ਇਕੱਲਾ ਡੀ ਹੀ ਪੁੱਛਿਆ ਗਿਆ, ਸਮਝ ਰਹੇ ਹੋ ਗੱਲ? ਤਾਂ ਮੈਨੇ ਡੀ ਦੀ ਪਹਿਲਾਂ ਕੈਪੀਟਲ ਕੱਢ ਲੈਣੀ ਹੈ ਜੀ। ਕਿਵੇਂ ਕੱਢੋਗੇ? ਡੀ ਕਿੰਨੇ ਪੈਸੇ ਇਨਵੈਸਟ ਕਰਦਾ ਸਰ? 3 ਦਾ ਸਮ ਮਾਈਨਸ ਡੀ, ਮਤਲਬ 1/3 ਪਲੱਸ 1/4 ਪਲੱਸ 1/5 ਪਲੱਸ, ਸੋਰੀ 1/5 ਮਾਈਨਸ ਆਫ ਐਕਸ ਜਾਂ ਡੀ। ਓਕੇ ਹਾਂਜੀ ਹਾਂਜੀ ਹਰਜਾਬ, ਹਾਂਜੀ ਹਾਂਜੀ ਲਾਈਫ ਮੈਂ ਸੁਣ ਲਿਆ ਜੀ ਤੁਹਾਡਾ, ਸਹੀ ਹੈ ਠੀਕ ਹੈ। ਹਾਂਜੀ ਸਰ, ਮੈਂ ਤਾਂ ਇੱਕ ਵੈਲਿਊ ਮੰਨ ਲਈ, ਮਤਲਬ ਕਿਵੇਂ ਮੰਨੀ ਉਹ ਵੈਲਿਊ ਜਿਹੜੀ ਤਿੰਨੇ ਟੇਬਲ ਤੇ ਜਾ ਰਹੀ ਹੈ? ਓਕੇ, ਫਿਰ ਉਹਨੂੰ ਬੇਸਿਕਲੀ ਦੇਖੋ, ਜਦੋਂ ਆਪਾਂ ਰੇਸ਼ੋ ਦਾ ਵੀ ਟੌਪਿਕ ਕਰਾਂਗੇ ਨਾ ਤਾਂ ਸਭ ਤੋਂ ਪਹਿਲਾਂ ਮੈਂ ਇੱਕ ਚੀਜ਼ ਸਿਖਾਈ ਹੈ, ਜਿਹੜੀਆਂ ਰੇਸ਼ੋਜ਼ ਹੁੰਦੀਆਂ ਨੇ ਨਾ ਫਰੈਕਸ਼ਨ ਹੈ, ਫਰੈਕਸ਼ਨ ਮਤਲਬ ਵਟੇ,
ਪੰਜਾਬੀ 'ਚ ਵਟਿਆਂ 'ਚ ਰੇਸ਼ੋ ਕਹਿ ਦਿੰਦੇ ਹਾਂ ਜੀ ਆਪਾਂ, ਉਹਨੂੰ ਸਿੰਪਲੀਫਾਈ ਕਰਨਾ ਹੁੰਦਾ, ਮੈਨੂੰ ਆ 1:3, 1:4, 1:5 ਨਹੀਂ ਚਾਹੀਦੀ, ਇਹਨੂੰ ਭੁੱਲ ਜਾਓ ਯਾਰ, ਚੌਥਾ ਪਰਸਨ ਕੋਈ ਬੈਠਾ ਹੋਊਗਾ, ਤਿੰਨ 'ਚ ਹੀ ਗੱਲ ਕਰਦੇ ਹਾਂ ਆਪਾਂ। ਮੈਨੂੰ ਆਹ ਫਰੈਕਸ਼ਨ ਰੇਸ਼ੋ ਨਹੀਂ ਚਾਹੀਦੀ, ਮੈਂ ਰੇਸ਼ੋ ਚਾਹੁੰਦਾ ਕੁਛ ਐਵੇਂ ਹੋਵੇ ਇਸ ਫੋਰਮ ਦੇ ਵਿੱਚ, ਸਿੰਪਲ, ਠੀਕ ਹੈ। ਫਰੈਕਸ਼ਨ 'ਚ ਨਹੀਂ ਹੋਣੀ ਚਾਹੀਦੀ, ਹੋਲ ਨੰਬਰਸ ਹੋਣੇ ਚਾਹੀਦੇ ਹੈ। ਤਾਂ ਇਹਨਾਂ ਸਾਰਿਆਂ ਨੂੰ ਖਤਮ ਕਰਨ ਲਈ ਮੇਰੇ ਕੋਲ ਇੱਕ ਮੈਥਡ ਹੈ ਕਿ ਨੀਚੇ ਵਾਲਿਆਂ ਦਾ ਆਪਾਂ ਐਲਸ਼ੀਅਮ ਲੈ ਲੈਂਦੇ ਹਾਂ, ਕਿੰਨਾ ਆ ਗਿਆ ਜੀ 60, ਉਸ ਐਲਸ਼ੀਅਮ ਨੂੰ ਫਿਰ ਆਪਾਂ ਇਕੱਲੀ ਇਕੱਲੀ ਚੀਜ਼ ਨਾਲ ਮਲਟੀਪਲਾਈ ਕਰ ਲੈਂਦੇ ਉੱਪਰ। ਸਮਝ ਆ ਰਹੀ ਹੈ ਜੀ ਗੱਲ? ਨੀਚੇ ਵਾਲਿਆਂ ਦਾ ਸਾਰਿਆਂ ਦਾ ਐਲਸ਼ੀਅਮ, ਦੈਨ ਉੱਪਰ ਵਾਲੇ, ਸੋਰੀ, ਮਲਟੀਪਲਾਈ ਕਰ ਦਿਓ ਸਿੰਪਲ, ਤਾਂ ਕਿੰਨਾ ਆ ਗਿਆ ਜੀ ਇਹ ਰੇਸ਼ੋ ਆ ਰਹੀ ਹੈ 20, 15, 15, ਹਾਂਜੀ 12, ਹਾਂਜੀ। ਤਾਂ ਹੁਣ ਤੁਸੀਂ ਦੱਸ ਦਿਓ ਇਹਨਾਂ ਨੂੰ, ਜਦੋਂ ਮੈਂ ਤਿੰਨਾਂ ਨੂੰ ਐਡ ਕਰੂੰਗਾ ਤਾਂ ਕਿੰਨਾ ਬਣ ਗਿਆ? 47 ਬਣ ਗਿਆ ਨਾ, ਤਾਂ ਇਸਦਾ ਮਤਲਬ ਰੈਸਟ ਕਿਹਦੇ ਕੋਲ? ਡੀ ਕੋਲ। ਟੋਟਲ ਮਹੀਨੇ 60 ਰੁਪੀਜ਼ ਮੰਨੇ ਹੋਏ ਆ, ਮੰਨੇ ਹੋਏ ਨਾ 60, ਐਲਸ਼ੀਅਮ ਲੈ ਕੇ ਪਤਾ ਚੱਲ ਗਿਆ ਕਿ 60 ਬਣਦੇ ਜੀ, ਕਲੀਅਰ ਹੈ? ਤਾਂ ਤਿੰਨਾਂ ਨੂੰ ਜਦੋਂ ਮੈਂ ਐਡ ਕਰੂੰਗਾ ਤਾਂ 47 ਰੁਪੀਸ ਬਣ ਗਿਆ। ਏ ਦੀ ਅਮਾਊਂਟ ਆ ਗਈ ਹੈ, ਬੀ ਦੀ ਆ ਗਈ, ਸੀ ਦੀ ਆ ਗਈ, ਰੈਸਟ ਇਸ ਡੀ, ਕਿੰਨੇ? 13। ਯਾਨੀ ਕਿ ਡੀ ਕੋਲ ਕਿੰਨੇ ਰੁਪਏ ਹੋਣਗੇ? 13 ਰੁਪਏ, ਜੇ ਟੋਟਲ 60 ਰੁਪਏ ਦਾ ਪ੍ਰੋਫਿਟ ਹੁੰਦਾ, ਇਹ ਪ੍ਰੋਫਿਟ ਹੈ, ਇਹ ਡੀ ਦਾ ਸ਼ੇਅਰ ਹੋਊਗਾ ਉਸ ਪ੍ਰੋਫਿਟ ਦੇ ਵਿੱਚੋਂ। ਬਟ ਮੈਨੂੰ ਪ੍ਰੋਫਿਟ ਕਿੰਨਾ ਗਿਵਨ ਹੈ? 60 ਦੀ ਵੈਲਿਊ ਕਿੰਨੀ? 6000। ਤਾਂ 1 ਦੀ ਵੈਲਿਊ ਕਿੰਨੀ ਹੈ? 100। ਪੱਕੀ ਗੱਲ ਹੈ? ਚਲੋ, ਤਾਂ ਡੀ ਦੀ ਵੈਲਿਊ ਕਿੰਨੀ? 13। ਹੈਗਾ ਕਿਤੇ ਆਨਸਰ? ਇਸਦਾ ਮਤਲਬ ਕੀ ਹੈ ਕਿ ਕੁਛ ਕੁਸ਼ਚਨਸ ਐਵੇਂ ਦੇ ਹੋ ਸਕਦੇ ਹੈ ਜਿਹਦੇ ਵਿੱਚ ਤੁਹਾਨੂੰ ਕੋਈ ਕੈਪੀਟਲ ਗਿਵਨ ਨਹੀਂ ਹੈ, ਤਾਂ ਤੁਹਾਨੂੰ ਫਰੈਕਸ਼ਨਸ ਦੇ ਵਿੱਚੋਂ ਉਹਨਾਂ ਦੀ ਰੇਸ਼ੋ ਕਨਵਰਟ ਕਰਨੀ ਆਉਣੀ ਚਾਹੀਦੀ ਹੈ ਜੀ। ਸਮਝ ਆ ਰਹੀ ਗੱਲ? ਫਰੈਕਸ਼ਨ ਵੈਲਿਊ ਟੂ ਰੇਸ਼ੋ, ਮੰਨ ਲਓ 1/2, 1/3 'ਚ ਕੋਈ ਕੈਪੀਟਲ ਇਨਵੈਸਟ ਕਰਤੀ, ਪਹਿਲਾਂ ਤਾਂ ਸਿੰਪਲ ਇਹਨੂੰ ਕਿਹ 'ਚ ਕਨਵਰਟ ਕਰਨਾ ਜੀ ਆਪਾਂ ਨੇ? ਸਿੰਪਲ ਰੇਸ਼ੋਜ਼ ਦੇ ਵਿੱਚ, ਦੋਨਾਂ ਦਾ ਐਲਸੀਅਮ 6, ਤਾਂ ਦੋਨੇ ਪਾਸੇ ਮਲਟੀਪਲਾਈ ਕਰਨਾ ਜੀ, 3 ਆਜੂਗਾ, 2 ਆਜੂਗਾ। ਯਾਨੀ ਕਿ ਹੁਣ ਏ ਅਤੇ ਬੀ 3:2 ਦੇ ਵਿੱਚ ਇਨਵੈਸਟ ਕਰਦੇ ਹਾਂ, ਇਹ ਚੀਜ਼ ਕੱਢਣੀ ਆਉਣੀ ਚਾਹੀਦੀ ਹੈ ਜੀ। ਫਰੈਕਸ਼ਨ ਖਤਮ ਕਰਨੇ ਆ, ਮੈਨੇ ਬੱਟਿਆਂ ਦੇ ਵਿੱਚ ਰੇਸ਼ੋ ਕਦੇ ਵੀ ਨਹੀਂ ਰੱਖਣੀ ਹੈਗੀ, ਕਲੀਅਰ ਹੈ? ਉਸ ਤੋਂ ਬਾਅਦ ਜੋ ਕੁਸ਼ਚਨ ਦੀ ਡਿਮਾਂਡ ਹੈ ਉਸ ਤਰ੍ਹਾਂ ਨਾਲ ਆਪਾਂ ਸੋਲਵ ਕਰਨਾ, ਕਲੀਅਰ ਹੈ ਜੀ? ਆਹ ਵਾਲਾ ਕੁਸ਼ਚਨ ਦੇਖ ਲਿਓ, ਇੰਪੋਰਟੈਂਟ ਹੈ ਰੈਸਟ, ਠੀਕ ਹੈ? ਜਦੋਂ ਕੁਸ਼ਚਨ ਸੋਲਵ ਹੋ ਜਾਂਦਾ, ਯੂ ਕੈਨ ਯੂਜ਼ ਯੂਅਰ ਫੋਨ, ਪਿੱਕ ਲੈ ਸਕਦੇ ਹੋ। ਸਮਝ ਆ ਰਹੀ ਗੱਲ? ਕੋਈ ਬੰਦਾ ਨੋਟਸ ਬਣਾਉਣ 'ਚ ਇੰਟਰਸਟਡ ਨਹੀਂ ਹੁੰਦਾ, ਸਾਨੂੰ ਪਤਾ ਹੈਬਿਟਸ ਕਈ ਵਾਰ ਜ਼ਿਆਦਾ ਮਿਹਨਤ ਹੋ ਜਾਂਦੀ ਹੈ। ਤਾਂ ਫਰੈਸ਼ਰ ਸਟੂਡੈਂਟਸ ਜਿਹੜੇ ਹੈਗੇ ਹੈ, ਜਾਂ ਜਿਹਨਾਂ ਨੂੰ ਲੱਗਦਾ ਕਿ ਇਹ ਕੰਸੈਪਟ ਪਹਿਲਾਂ ਕਦੇ ਸਿੱਖਿਆ ਨਹੀਂ ਸੀ, ਇਹ ਕੁਸ਼ਚਨ ਇੰਪੋਰਟੈਂਟ ਹੋ ਸਕਦਾ, ਯੂ ਕੈਨ ਕਲਿੱਕ ਪਿਕਸ, ਠੀਕ ਹੈ ਜੀ? ਓਕੇ, ਨਾਓ ਜੀ ਕੁਸ਼ਚਨ ਨੰਬਰ 4 ਵਿਜ਼ੀਬਲ ਹੈ ਜੀ ਲਾਈਵ ਸਟੂਡੈਂਟਸ? ਨਾਓ ਹੁਣ ਕੰਸੈਪਟ ਚੇਂਜ ਹੈ, ਰੀਜ਼ਨ ਟਾਈਮ ਚੇਂਜਿਸ ਨੇ। ਹੁਣ ਇਹ ਨਹੀਂ ਹੈ ਕਿ ਜਿੰਨੇ ਵੀ ਪਰਸਨਸ ਹੋਣਗੇ ਉਹ 12 ਮੰਥ ਲਈ ਹੀ ਕੰਟਰੀਬਿਊਟ ਕਰਨਗੇ ਜਾਂ 24 ਮੰਥ ਲਈ ਹੀ ਕੰਟਰੀਬਿਊਟ ਕਰਨਗੇ, ਨਾਓ ਟਾਈਮ ਇਜ਼ ਡਿਫਰੈਂਟ, ਠੀਕ ਹੈ? ਪਰਸਨਸ ਕਿੰਨੇ ਹੈ ਜੀ? ਅਗੇਨ ਪਰਸਨਸ ਜਿਹੜੇ ਹੈਗੇ 3 ਹੀ ਹੈ ਜੀ, ਠੀਕ ਹੈ? ਮਹੇਸ਼, ਸੁਰੇਸ਼,
ਤੇ ਗਣੇਸ਼ ਐਂਟਰਡ ਹੈ ਇੱਕ ਪਾਰਟਨਰਸ਼ਿਪ ਕਰ ਰਹੇ ਹਾਂ ਜੀ। ਮਹੇਸ਼ ਇਨਵੈਸਟ ਕਰਦਾ 16,000 rupees ਤਾਂ ਮੈਨੇ 16,000 rupees ਲਿਖਿਆ। ਕਿੰਨੇ ਮੰਥਲੀ ਇਨਵੈਸਟ ਕਰ ਰਿਹਾ 9 monthly ਤਾਂ ਮੈਨੇ ਮਲਟੀਪਲਾਈ ਕਰਤੀ ਜੀ 9 ਨਾਲ। ਕੋਈ ਡਾਊਟ? ਦੈਨ ਸੁਰੇਸ਼ 12,000 ਇਨਵੈਸਟ ਕਰ ਰਿਹਾ ਜੀ 6 monthly ਇਨਵੈਸਟ ਕਰ ਰਿਹਾ ਤਾਂ ਮਲਟੀਪਲਾਈ ਬਾਏ 6। ਗਣੇਸ਼ ਜਿਹੜਾ ਹੈਗਾ ਜੀ 8,000 rupees ਇਨਵੈਸਟ ਕਰਦਾ ਜੀ ਕਿੰਨੇ ਮੰਥਲੀ ਕਰਦਾ 12 months। ਕੋਈ ਡਾਊਟ? ਐਟ ਦਾ ਐਂਡ ਆਫ ਆ ਈਅਰ ਦੇਅਰ ਵਾਜ ਆ ਪ੍ਰੋਫਿਟ ਆਫ ₹26,000। ਦੇਖੋ ਜਦੋਂ ਇਹਨਾਂ ਨੇ 1 year ਦੀ ਗੱਲ ਕੀਤੀ ਤਾਂ 12 months, ਤਾਂ ਇਸ ਪਰਸਨ ਨੇ ਜਿਹੜਾ ਗਣੇਸ਼ ਨੇ 12 months ਆਲਰੇਡੀ ਕੀਤਾ ਹੋਇਆ ਹੈ। ਸਮਝ ਆ ਰਹੀ ਗੱਲ? ਇੱਥੋਂ ਪਾਰਟਨਰਸ਼ਿਪ, ਇੱਥੋਂ ਪ੍ਰੋਫਿਟ ਕੱਢਣਾ ਹੈ। ਇਹਨਾਂ ਪਰਸਨਸ ਨੇ 9 monthly ਕੀਤਾ ਹੋਊਗਾ, ਬਾਅਦ 'ਚ ਕੱਢ ਲਿਆ ਹੋਊਗਾ, ਕੋਈ ਦਿੱਕਤ ਨਹੀਂ ਹੈ। ਸਮਝ ਆ ਰਹੀ ਗੱਲ? ਤਾਂ 9 month ਹੀ ਮਲਟੀਪਲਾਈ ਕਰਨੇ ਆਪਾਂ ਨੇ, ਇੱਥੇ 12 month ਹੀ ਕਰਨੇ ਹੈ। ਕਿਸੇ ਹੋਰ ਕੁਐਸਚਨ 'ਚ ਸਮਝ ਆਊਗਾ ਕਿ ਇਹ ਚੀਜ਼ ਪੜ੍ਹਨੀ ਕਿਉਂ ਜ਼ਰੂਰੀ ਹੁੰਦੀ ਹੈ। ਠੀਕ ਹੈ, ਫਿਲਹਾਲ ਤੁਸੀਂ ਇਹ ਮੰਨ ਕੇ ਚਲੋ ਜਿੰਨੇ ਜਿੰਨੇ ਮੰਥ ਦਿੱਤੇ ਸੀਗੇ ਉਹਨਾਂ ਨਾਲ ਮਲਟੀਪਲਾਈ ਕਰਕੇ ਆਪਾਂ ਨੇ ਰੇਸ਼ੋਜ਼ ਕੱਢ ਲੈਣੀਆਂ ਨੇ। ਐਟ ਦਾ ਐਂਡ ਆਫ ਦਾ ਈਅਰ ਦੇਅਰ ਵਾਜ ਆ ਪ੍ਰੋਫਿਟ ਆਫ 26,000। ਸ਼ੇਅਰ ਪੁੱਛਿਆ ਗਿਆ ਜੀ ਸੁਰੇਸ਼ ਦਾ, ਤਾਂ ਫੋਕਸ ਕਿੱਥੇ ਹੋਣਾ ਚਾਹੀਦਾ? ਸੁਰੇਸ਼ ਦੇ ਉੱਤੇ। ਨਾਓ ਕੈਲਕੂਲੇਸ਼ਨਸ ਕਰਨ ਤੋਂ ਪਹਿਲਾਂ ਇਹ ਨਾ ਹੋਵੇ ਕਿ ਤੁਸੀਂ ਪਹਿਲਾਂ ਇਹਨੂੰ ਮਲਟੀਪਲਾਈ ਕਰ ਰਹੇ ਹੋ ਫਿਰ ਕੱਟ ਕੱਟ ਕਰ ਰਹੇ ਹੋ। ਸਭ ਤੋਂ ਪਹਿਲਾਂ ਜਿਹੜੀ ਚੀਜ਼ ਸਿੰਪਲੀਫਾਈ ਹੋ ਕੇ ਕੱਟਦੀ ਹੈ ਉਹਨੂੰ ਕੱਟ ਦਿਓ। ਨਾਓ 6 ਦੇ ਟੇਬਲ ਦੇ ਉੱਤੇ ਕੁਛ ਕੱਟ ਰਿਹਾ, ਇੱਥੇ ਨਹੀਂ ਕੱਟੇਗਾ। ਠੀਕ ਹੈ, 3 ਦੇ ਟੇਬਲ 'ਤੇ ਕੱਟ ਲਓ, ਉਰੇ 3 ਆ ਗਿਆ ਜੀ, ਉਰੇ 2, ਉਰੇ 4। ਇਸ ਤੋਂ ਇਲਾਵਾ ਜੀ ਕੁਛ 4, 3, 4 ਕਲੀਅਰ ਹੈ ਜੀ? ਠੀਕ ਹੈ ਜੀ, ਰੇਸ਼ੋ ਦੇ ਵਿੱਚ ਚੀਜ਼ਾਂ ਕੱਟ ਸਕਦੀਆਂ ਹੁੰਦੀਆਂ ਨੇ, ਐਵੇਂ ਪਤਾ ਹੋਣਾ ਚਾਹੀਦਾ। 12:6 ਇਸ ਤੋਂ ਇਲਾਵਾ ਵੀ ਕੁਛ ਕੱਟਦਾ ਸੀ ਇਸਦਾ ਮਤਲਬ? ਚਲੋ ਬਾਅਦ 'ਚ ਕੱਟ ਲੈਂਦੇ ਆਪਾਂ ਉਰੇ 6, 3, 4 ਤਾਂ ਇਹ ਰੇਸ਼ੋ ਆ ਗਈ। ਕੱਢਣਾ ਕਿਹਦਾ ਜੀ? ਆਪਾਂ ਨੇ 3 parts ਕੱਢਣੇ ਹੈ 13 ਚੋਂ। ਸੁਰੇਸ਼ ਦਾ ਸ਼ੇਅਰ 3 ਹੈ ਜੀ ਆਊਟ ਆਫ 13, ਤਾਂ ਕਿੰਨਾ ਆ ਗਿਆ ਜੀ? 6,000 rupees। ਠੀਕ ਹੈ ਜੀ, ਲਾਈਵ ਕਲਾਸ ਦੇ ਵਿੱਚ ਕੋਈ ਸਟੂਡੈਂਟ ਜਿਹਨੂੰ ਸਟੇਟਮੈਂਟ ਸਮਝ ਨਾ ਆ ਰਹੀ ਹੋਵੇ, ਕੋਈ ਲੈਂਗੁਏਜ ਇਸ਼ੂ ਹੋਵੇ ਜਾਂ ਕੋਈ ਕੰਸੈਪਟ ਨਾ ਸਮਝ ਆ ਰਿਹਾ ਹੋਵੇ ਤਾਂ ਦੱਸ ਸਕਦੇ ਜੀ। 4 questions ਕਿਹੜੇ ਵਾਲਾ ਜੀ? ਆਹੀ ਵਾਲਾ ਜੀ, 4th question ਰਿਪੀਟ ਕਰਨਾ ਆਪਾਂ। ਹਾਂਜੀ, 4th question ਹੀ ਰਿਪੀਟ ਕਰਨਾ। ਓਕੇ, ਦੇਖੋ ਇਸ ਕੁਐਸਚਨ ਦੇ ਵਿੱਚ ਪਾਰਟਨਰਸ਼ਿਪ ਦੇ ਕੰਸੈਪਟ ਦੇ ਵਿੱਚ ਆਪਾਂ ਨੇ ਕੀ ਕਰਨਾ? ਮਨੀ ਨੂੰ ਟਾਈਮ ਨਾਲ ਮਲਟੀਪਲਾਈ ਕਰਕੇ ਰੇਸ਼ੋ ਦੇ ਵਿੱਚ ਰੱਖਣਾ ਜੀ 3 ਬੰਦਿਆਂ ਦੀਆਂ, ਮਹੇਸ਼, ਸੁਰੇਸ਼, ਗਣੇਸ਼। ਮਨੀ ਗਿਵਨ ਹੈ ਜੀ, ਪਹਿਲਾ ਪਰਸਨ 16,000 rupees ਇਨਵੈਸਟ ਕਰਦਾ, ਜਿੰਨੇ ਮੰਥਲੀ ਕਰਦਾ ਉਹਨਾਂ ਲਿਖ ਲਓ। ਸੈਕਿੰਡ ਪਰਸਨ ਜਿੰਨੇ ਪੈਸੇ ਇਨਵੈਸਟ ਕਰਦਾ, ਜਿੰਨੇ ਮੰਥਲੀ ਕਰਦਾ ਉਹਨਾਂ ਰੱਖ ਲਓ। ਥਰਡ ਪਰਸਨ ਜਿੰਨੇ ਪੈਸੇ ਇਨਵੈਸਟ ਕਰਦਾ, ਜਿੰਨੇ ਮੰਥਲੀ ਕਰਦਾ ਉਹਨਾਂ ਲਿਖ ਲਿਆ ਜੀ। ਨਾਓ ਜੋ ਚੀਜ਼ ਰੇਸ਼ੋ ਦੇ ਵਿੱਚ ਹੈਗੀ ਹੈ ਤਾਂ ਹਰ ਇੱਕ ਪਾਰਟ ਦੇ ਵਿੱਚ ਕੋਮਨ ਕੱਢ ਕੇ ਉਹਨੂੰ ਕੱਟ ਦਿਓ।
ਇਧਰੋਂ 1000 ਕਾਮਨ ਨਿਕਲ ਰਿਹਾ, 1000 ਕਾਮਨ ਹੈ, 1000 ਕਾਮਨ ਹੈ ਤਾਂ ਕੱਟ ਦਿਓ ਰੇਸ਼ੋ 'ਚ, ਇਹਦਾ ਕੋਈ ਵੈਲਿਊ ਨਹੀਂ ਹੈ। ਫਿਰ 3 ਦੇ ਟੇਬਲ ਦੇ ਉੱਤੇ ਉਰੇ 9 ਆ ਜਾਏਗਾ, ਉਰੇ 4 ਆ ਜਾਏਗਾ, ਉਰੇ ਕਿੰਨਾ ਆ ਜਾਏਗਾ ਜੀ, 4 ਆ ਜਾਏਗਾ। ਸਮਝ ਆ ਰਹੀ ਹੈ ਗੱਲ? ਇੱਥੇ ਆਪਣਾ 16 ਐਮ ਈ ਪੇ ਹੈ, ਉਰੇ 6 ਪੇ ਹੈ ਜੀ, ਉਰੇ 8 ਪੇ ਹੈ। ਕਲੀਅਰ? ਜੋ ਚੀਜ਼ ਕਾਮਨ ਆ ਰਹੀ ਹੈ ਉਹਨੂੰ ਕੱਟੀ ਚੱਲੋ, ਐਂਡ ਦੇ ਵਿੱਚ ਜੋ ਰੇਸ਼ੋਜ਼ ਬਚ ਜਾਣਗੀਆਂ ਤਾਂ ਉਹਨੂੰ ਰੱਖ ਲਓ ਜੀ, ਐਵੇਂ ਇਹ 4 'ਤੇ ਚਲਾ ਗਿਆ, ਇਹ 4 ਖਤਮ ਹੈ ਜੀ, ਠੀਕ ਹੈ। ਫਿਰ 3 ਦੇ ਟੇਬਲ 'ਤੇ 4 ਦੇ ਟੇਬਲ 'ਤੇ ਕੱਟ ਲਓ ਜਾਂ 2, ਉਰੇ 2 ਆ ਗਿਆ ਜੀ, ਉਰੇ 3 ਆ ਗਿਆ, ਉਰੇ 4 ਆ ਗਿਆ, ਤਾਂ ਅਲਟੀਮੇਟਲੀ ਜਿਹੜੀ ਰੇਸ਼ੋ ਹੈ ਜੀ 6:3:4 ਬਚਦੀ ਹੈ। ਕਲੀਅਰ ਹੈ? ਈਸੀ ਰੇਸ਼ੋ ਦੇ ਵਿੱਚ ਤੁਹਾਡਾ ਕੀ ਹੋ ਰਿਹਾ ਜੀ, ਹੁਣ ਕੈਪੀਟਲ ਇਨਵੈਸਟ ਕਹਿ ਲਓ ਜਾਂ ਫਿਰ ਰੇਸ਼ੋ ਆਫ ਪ੍ਰੋਫਿਟ ਕਹਿ ਲਓ, ਆਹੀ ਹੈ ਜੀ ਤੁਹਾਡਾ। ਇਹੀ ਰੇਸ਼ੋ ਤੁਹਾਡੀ ਇਨਵੈਸਟਮੈਂਟ ਰੇਸ਼ੋ ਵੀ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ, ਇਹੀ ਰੇਸ਼ੋ ਤੁਹਾਡੀ ਕੈਪੀਟਲ ਇਨਵੈਸਟਮੈਂਟ ਦੀ ਵੀ ਹੋ ਜਾਂਦੀ ਹੈ। ਬੇਸਿਕਲੀ ਇਹਨੂੰ ਆਪਾਂ ਇਨਵੈਸਟਮੈਂਟ ਰੇਸ਼ੋ ਇਸ ਲਈ ਨਹੀਂ ਬੋਲਦੇ ਕਿਉਂਕਿ ਟਾਈਮ ਨਾਲ ਵੀ ਮਲਟੀਪਲਾਈ ਹੋਈ ਹੁੰਦੀ ਹੈ, ਜਦੋਂ ਟਾਈਮ ਅਲੱਗ ਹੋਣ ਤਾਂ ਮੈਂ ਇਹਨੂੰ ਇਨਵੈਸਟਮੈਂਟ ਰੇਸ਼ੋ ਨਹੀਂ ਬੋਲ ਸਕਦਾ, ਇਹ ਉਦੋਂ ਬੋਲਦਾ ਮੈਂ ਜਦੋਂ ਸਾਰਿਆਂ ਦਾ ਟਾਈਮ ਪੀਰੀਅਡ ਸੇਮ ਹੁੰਦਾ, ਠੀਕ ਹੈ ਜੀ। ਬੇਸਿਕਲੀ ਇਸ ਕਰਕੇ ਨਹੀਂ ਅਸੀਂ ਲੈਂਦੇ ਉਹਨੂੰ। ਚਲੋ ਠੀਕ ਹੈ ਜੀ, ਨਾਓ ਕੁਸ਼ਚਨ ਨੰਬਰ 7 ਵਿਜੀਬਲ ਹੈ ਜੀ, ਲਾਈਵ ਸਟੂਡੈਂਟ ਨੂੰ ਹੋਊਗਾ ਨਹੀਂ, ਛੱਡ ਦਿਓ ਕੋਈ ਗੱਲ ਨਹੀਂ, ਇਸ ਸਾਈਡ ਹੀ ਰੱਖ ਲਓ। ਕੁਸ਼ਚਨ ਨੰਬਰ 8 ਕਰਨਾ ਜੀ, ਏ ਬੀ ਐਂਡ ਸੀ ਐਂਟਰਸ ਇਨ ਟੂ ਅ ਪਾਰਟਨਰਸ਼ਿਪ ਵਿਦ ਸ਼ੇਅਰਸ ਇਨ ਦਾ ਰੇਸ਼ੋ 7:2, 4:3, 6:5। 3 ਪਰਸਨ ਹੈ ਜੀ, ਉਹਨਾਂ ਦੀ ਇਨਵੈਸਟਮੈਂਟ ਰੇਸ਼ੋ ਗਿਵਨ ਕੀ, ਹਾਂਜੀ ਇੱਕ ਮਿੰਟ ਜੀ, ਹੁਣ ਆ ਰਿਹਾ ਜੀ, ਓਕੇ। ਚਲੋ ਜੀ, ਏ ਬੀ ਅਤੇ ਸੀ ਦੀਆਂ ਇਨ ਰੇਸ਼ੋਸ ਗਿਵਨ ਹੈ ਆਵਲੀਆਂ ਜੀ, ਮਨੀ ਰੇਸ਼ੋ, ਏ ਕਿਸੇ ਕੈਪੀਟਲ ਦਾ 7:2 ਪਾਰਟ, ਬੀ ਕਿਸੇ ਕੈਪੀਟਲ ਦਾ 4:3, ਇਹ 6:5। ਕਲੀਅਰ ਹੈ ਜੀ? ਆਫਟਰ 4 ਮੰਥ, 4 ਸਾਲ ਬਾਅਦ ਦੀ ਗੱਲ ਹੈ, ਕਲੀਅਰ, ਯਾਨੀ ਕਿ 4 ਸਾਲ ਤਾਂ ਇਸੀ ਰੇਸ਼ੋ 'ਚ ਰਹਿਣਗੇ, ਕਲੀਅਰ। ਤਾਂ ਇੱਥੇ ਮੈਂ ਲਿਖ ਲੈਣਾ 4 ਮੰਥ ਸਾਈਡ ਦੇ ਵਿੱਚ। ਫਿਰ ਕਹਿੰਦੇ ਜੀ 4 ਮੰਥ ਤੋਂ ਬਾਅਦ ਆਪਣੀ ਆਪਣੀ ਕੈਪੀਟਲ ਦਾ 50% ਇਨਕਰੀਜ਼ ਹੋ ਜਾਏਗਾ ਜੀ ਸ਼ੇਅਰ ਉਹਨਾਂ ਦਾ, 4 ਮੰਥ ਤੋਂ ਬਾਅਦ, ਸੋਰੀ, ਏ ਇਨਕਰੀਜ਼ ਇਜ਼ ਸ਼ੇਅਰ ਬਾਈ 50%, ਇਕੱਲਾ ਏ ਹੀ ਹੈ, ਏ ਕੀ ਕਰ ਰਿਹਾ ਜੀ 50% ਇਨਕਰੀਜ਼ ਕਰ ਰਿਹਾ ਜੀ ਆਪਣੇ ਸ਼ੇਅਰ ਨੂੰ। ਸਭ ਤੋਂ ਪਹਿਲਾਂ ਕੰਮ ਕੀ ਕਰਾਂਗੇ, ਆਹ ਜਿਹੜੀ ਰੇਸ਼ੋ ਹੈ ਫਰੈਕਸ਼ਨ 'ਚ ਹੈ, ਮੈਨੇ ਖਤਮ ਕਰਨੀ ਹੈ ਜੀ, ਤਾਂ ਕੀ ਕਰਾਂਗਾ, ਪਹਿਲਾਂ ਸਿੰਪਲ ਰੇਸ਼ੋ ਕਿਵੇਂ ਬਣੂਗੀ, ਪਹਿਲਾਂ ਤਾਂ ਇਹਨਾਂ ਤਿੰਨਾਂ ਦਾ ਐਲਸੀਐਮ ਨੀਚੇ ਵਾਲੀਆਂ ਦਾ ਕਿੰਨਾ, 30, ਫਿਰ ਇਹਨੂੰ ਕੀ ਕਰਨਾ ਜੀ ਹਰੇਕ ਨਾਲ ਮਲਟੀਪਲਾਈ, ਕਿੰਨਾ ਆ ਗਿਆ ਜੀ 105, 40, 36। ਕਲੀਅਰ ਹੈ ਜੀ? 4 ਮੰਥਸ ਲਈ ਹੈ ਤਾਂ ਮਲਟੀਪਲਾਈ ਕਰਾਂਗੇ, ਚਾਹੇ ਸਾਰਿਆਂ ਨਾਲ ਸੇਮ ਹੈ, ਬਟ ਅਲਟੀਮੇਟਲੀ ਬਾਅਦ ਦੇ ਵਿੱਚ ਕੀ ਹੋਣਾ, ਆਪਾਂ ਨੇ 4 ਮਹੀਨਿਆਂ ਤੋਂ ਬਾਅਦ ਕੁਛ ਅਮਾਊਂਟ ਇਨਕਰੀਜ਼ ਕਰਕੇ ਵੀ ਐਡ ਕਰਨੀ ਹੈ, ਇਕੱਲੇ ਇੱਕ ਪਰਸਨ ਦੀ, ਫਿਰ ਉਹ ਸਾਰਿਆਂ ਨਾਲ ਨਹੀਂ ਹੈਗਾ। ਸਮਝ ਆ ਰਹੀ ਗੱਲ? ਇਹ ਆਪਣਾ ਕਿੰਨਾ ਇਨਕਰੀਜ਼ ਕਰ ਰਿਹਾ ਜੀ 50%, ਇਹ ਦੀ ਕੈਪੀਟਲ ਕਿੰਨੀ ਸੀਗੀ 105, ਇਹਦਾ 50% ਇਨਕਰੀਜ਼ ਹੋ ਰਿਹਾ, ਮਤਲਬ
52.5 ਰੇਸ਼ੋ ਚੈੱਕ ਕਰ ਲਓ ਫਿਰ ਆਪਣੀ ਸਾਰੀ ਸਹੀ ਆ ਰਹੀ ਹੈ ਪੁਆਇੰਟਸ ਦੇ ਵਿੱਚ ਦਿੱਕਤ ਆਏਗੀ ਹਾਂਜੀ ਐਲਸੀਅਮ ਲੈਣ ਤੋਂ ਬਾਅਦ ਆਪਾਂ ਨੇ ਚੀਜ਼ ਮਲਟੀਪਲਾਈ ਕੀਤੀ ਹੈ ਜੀ ਸੋ ਦੈਟ ਕਿ ਨੀਚੇ ਵਾਲੇ ਜਿਹੜੇ ਪਾਰਟਸ ਨੇ ਉਹ ਖਤਮ ਹੋ ਜਾਣ ਫਰੈਕਸ਼ਨ 'ਚ ਮੇਰੀ ਰੇਸ਼ੋ ਖਤਮ ਹੋ ਜਾਏ ਜੀ ਅੱਜ ਆਪ ਕੈਲਕੂਲੇਸ਼ਨ ਹੋ ਗਈ ਜੀ ਇਸ ਕੁਐਸਚਨ ਦੀ ਉਹ ਤਾਂ ਆ ਗਿਆ ਉਸ ਤੋਂ ਬਾਅਦ ਪੁਆਇੰਟ ਦਾ ਆ ਗਿਆ ਚਲੋ ਕੋਈ ਗੱਲ ਨਹੀਂ ਹਾਂਜੀ ਆ ਕਲੀਅਰ ਹੋ ਗਿਆ ਫਰੈਕਸ਼ਨ ਖਤਮ ਕਰਨ ਲਈ ਮੈਨੇ ਜਿਹੜਾ ਐਲਸੀਅਮ ਕੱਢਿਆ ਸੀ ਉਹ ਮਲਟੀਪਲਾਈ ਕਰ ਲਿਆ ਜੀ ਲਾਈਵ ਕਲਾਸ ਦਾ ਡਾਊਟ ਸੀਗਾ ਵੀ ਉਸ ਤੋਂ ਬਾਅਦ ਕੀ ਕੀਤਾ ਠੀਕ ਹੈ ਜੀ ਸਿੰਪਲ ਇਹਨਾਂ ਦਾ ਕਲੀਅਰ ਹੋ ਗਿਆ ਨਾ ਤੁਸੀਂ ਦੱਸੋ ਮੇਰੇ ਹਿਸਾਬ ਨਾਲ ਤਾਂ ਗੁਣਾ ਕਰਕੇ ਫੇਰ 50% ਅਗਰ ਤੁਸੀਂ ਇਹ ਕੁਐਸਚਨ ਪੁੱਟ ਕਰ ਰਹੇ ਹੋ ਨਾ ਕਿ 4 ਨਾਲ ਮਲਟੀਪਲਾਈ ਕਰਕੇ ਠੀਕ ਹੈ ਜੀ ਫਿਰ ਮੈਨੂੰ ਹਾਫ ਕਰਨਾ ਪਊਗਾ ਫਿਰ ਡਾਊਟ ਹੈ ਦੇਖੋ ਕਨਸੈਪਟ ਦੇ ਵਿੱਚ ਆਫਟਰ 4 ਮੰਥ ਏ ਇਨਕਰੀਜ਼ਿਸ ਇਸ ਸ਼ੇਅਰ ਬਾਈ 50% ਮੈਂ ਸਪੋਜ਼ ਇਹਨੂੰ ਛੱਡ ਦਿਓ ਫਰੈਕਸ਼ਨ ਨੂੰ ਛੱਡ ਦਿਓ ਕਨਸੈਪਟ ਸਮਝਣਾ ਬਹੁਤ ਜ਼ਰੂਰੀ ਹੈ ਯਾਰ ਮੰਨ ਲਓ ਏ ਅਤੇ ਬੀ ਕੈਪੀਟਲ ਇਨਵੈਸਟ ਕਰ ਰਹੇ ਸੀ ਇਹਨੇ 30 ਰੁਪਏ ਇਨਵੈਸਟ ਕਰਤਾ ਜੀ ਇਹਨੇ 50 ਰੁਪਏ ਇਨਵੈਸਟ ਕਰਦਾ ਠੀਕ ਹੈ ਮੰਨ ਲਓ ਮੈਂ ਤੁਹਾਨੂੰ ਆਹ ਨਾ ਕਹਿੰਦਾ ਆਫਟਰ 4 ਮੰਥਸ ਅਤੇ ਮੈਂ ਤੁਹਾਨੂੰ ਇਹ ਕਹਿ ਦਿੰਦਾ ਕਿ ਇਹ ਆਪਣੀ ਕੈਪੀਟਲ ਦੇ ਵਿੱਚ 50% ਇਨਕਰੀਜ਼ ਕਰਦਾ ਹੈ ਤਾਂ ਤੁਸੀਂ ਪਹਿਲਾਂ ਮੇਰੇ ਤੋਂ ਟਾਈਮ ਮੰਗਦੇ ਵੀ ਕਿੰਨੇ ਟਾਈਮ ਲਈ ਇਹਨੇ ਇਨਵੈਸਟ ਕਰਿਆ ਉਹ ਕੈਪੀਟਲ 4 ਮੰਥ ਰਹੀ 30 ਰੁਪਏ ਤਾਂ ਰਹੀ ਇਹ ਥੋੜ੍ਹੀ ਹੈ ਵੀ ਹਰ ਮਹੀਨੇ 30-30 ਰੁਪਏ ਐਡ ਕਰ ਰਿਹਾ ਦੱਸੋ ਵਾਏ ਮੈਨੂੰ ਕਿਉਂ 4 ਨੂੰ ਪਹਿਲਾਂ 30 ਨਾਲ ਮਲਟੀਪਲਾਈ ਕਰਨਾ ਪਊ ਇਸਦਾ ਮਤਲਬ ਤਾਂ 120 ਰੁਪਏ ਦਾ ਹਾਫ ਲੈਣਾ ਮੈਨੇ ਫਿਰ ਇੱਕ ਬੰਦਾ ਇੱਕ ਅਮਾਊਂਟ ਪਾ ਰਿਹਾ ਹੈ 4 ਮਹੀਨੇ ਬਾਅਦ ਉਹਦਾ ਕੀ ਕਰ ਰਿਹਾ ਕੁਛ ਇਨਕਰੀਜ਼ ਕਰ ਰਿਹਾ ਬਟ 4 ਮਹੀਨੇ ਉਹ ਕੈਪੀਟਲ ਤਾਂ ਸੇਮ ਰਹੀ ਨਾ ਆਈ ਇਨਵੈਸਟਡ ਓਨਲੀ 30 ਰੁਪੀਸ ਤੁਸੀਂ ਕਿਉਂ ਇਹਨੂੰ 4 ਨਾਲ ਮਲਟੀਪਲਾਈ ਕਰ ਰਹੇ ਹੋ ਫਿਰ ਉਹਦਾ ਅੱਧ ਕਰ ਰਹੇ ਹੋ ਮੰਨ ਲਓ ਮਹੀਨੇ ਅੱਜ ਮਾਰਚ ਚੱਲ ਰਹੇ ਹੈ ਪਾ ਤੇ 30 ਰੁਪਏ ਅਪ੍ਰੈਲ ਮਈ ਜੂਨ ਰੁਪਏ ਤਾਂ 30 ਪਏ ਆ ਬੈਂਕ ਦੇ ਵਿੱਚ ਜੁਲਾਈ ਦੇ ਵਿੱਚ ਮੈਂ ਸੋਚ ਰਿਹਾ ਯਾਰ ਵੀ ਚਲੋ ਥੋੜ੍ਹੇ ਪੈਸੇ ਹੋਰ ਪਾ ਦਿਉ ਤੁਸੀਂ 120 ਦਾ 50% ਇਨਕਰੀਜ਼ ਕਰੋਗੇ ਜਿੰਨੇ ਪੈਸੇ ਪਏ ਹੈ ਸਟਾਰਟਿੰਗ 'ਚ ਉਹਦਾ ਕਰੋਗੇ ਯਾਰ ਕਲੀਅਰ ਹੈ ਜੀ ਡਾਊਟ ਤੁਹਾਡਾ ਏ ਬੀ ਸੀ ਕਿੰਨਾ ਆ ਰਿਹਾ ਸੀਗਾ ਜੀ ਨਾ ਮੈਂ ਹੁਣ ਫਰੈਕਸ਼ਨ ਰੇਸ਼ੋ ਨਹੀਂ ਲੈ ਰਿਹਾ ਹੈਗਾ ਡਾਇਰੈਕਟ ਗੱਲ ਕਰ ਰਿਹਾ ਜੀ 40-36 ਆਫਟਰ 4 ਮੰਥਸ ਪਹਿਲਾਂ ਤਾਂ 4 ਮੰਥ ਵਾਲਾ ਇਹ ਵਾਲਾ ਮਲਟੀਪਲਾਈ ਇਸ ਲਈ ਮੈਂ ਕਰ ਰਿਹਾ ਕਿਉਂਕਿ ਮੈਂ ਬਾਅਦ ਦੇ ਵਿੱਚ ਇਸ ਕੈਪੀਟਲ ਨੂੰ ਬਾਅਦ 'ਚ ਐਡ ਕਰਨਾ ਇਹਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਇਹਦੀ ਕੈਪੀਟਲ ਨਾਲ ਵੀ 4 ਨਾਲ ਗੁਣਾ ਕਰਕੇ ਐਡ ਕਰਨੀ ਹੈ ਜੀ ਆਪਾਂ ਏ ਨੇ ਆਪਣਾ 50% ਇਨਕਰੀਜ਼ ਕਰਨਾ ਨਹੀਂ ਉਹ ਕਰਨਾ ਤੁਸੀਂ ਪੁਆਇੰਟਸ ਦੇ ਵਿੱਚ ਲੈਣਾ ਤਾਂ 50% ਇਨਕਰੀਜ਼ ਕਰ ਦਿਉ 75 ਆਇਆ ਬਾਈ 2 ਇਹਦਾ 50% ਇਨਕਰੀਜ਼ ਕਰਨਾ ਨਾ 105 ਦਾ 50% ਮੈਨੂੰ ਪੁਆਇੰਟਾਂ 'ਚ ਨਾ ਦੱਸੋ 105/2
ਆਪਾਂ ਨੇ ਯਾਰ ਏ ਦੀ ਗੱਲ ਮੰਨ ਲਓ ਮੈਂ ਕੋਈ 40 ਰੁਪਏ ਇਨਵੈਸਟ ਕੀਤੇ, ਹੁਣ ਮੈਨੇ 50% ਇਨਕਰੀਜ਼ ਕਰਕੇ ਇਨਵੈਸਟ ਕਰਨਾ ਹੈ ਤਾਂ 40 ਦਾ 50% ਐਵੇਂ ਕੱਢੂ ਨਾ ਮੈਂ 40 ਦਾ 50%, ਇਹਦਾ ਮਤਲਬ ਕੀ ਹੋ ਗਿਆ, ਐਵੇਂ ਹੋ ਗਿਆ ਨਾ, ਠੀਕ ਹੈ 50% ਇਨਕਰੀਜ਼ ਕਰਨਾ ਹੈ, ਇਸਦਾ ਮਤਲਬ ਇੰਨਾ ਤਾਂ ਮੈਂ ਐਡ ਕਰ ਰਿਹਾ ਤਾਂ ਜਿਹੜੀ ਪਹਿਲਾਂ 40 ਪਈ ਆ ਉਹ ਤਾਂ ਆਊਗੀ ਆਊਗੀ, ਮੈਂ ਕਿਸੇ ਅਮਾਊਂਟ ਦਾ 50% ਇਨਕਰੀਜ਼ ਕਰ ਰਿਹਾ ਤਾਂ 50% ਇਨਕਰੀਜ਼ ਕਰ ਲਈ ਮੈਂ ਉਹ ਤਾਂ ਪਹਿਲਾਂ 50% ਕੱਢ ਲਿਆ 20 ਰੁਪਏ, 40 'ਚ ਐਡ ਕਰੂੰਗਾ ਤਾਂ ਹੀ ਤਾਂ 60 ਰੁਪਏ ਬਣਨਗੇ ਨਾ, ਤਾਂ ਮੈਂ ਇਸ ਚੀਜ਼ ਨੂੰ ਕਰ ਕੀ ਰਿਹਾ ਯਾਰ, ਦੇਖੋ 40 ਦੋਨਾਂ 'ਚ ਕੋਮਨ ਕੱਢ ਲਿਆ, 1+1/2 ਤਾਂ ਕੀ ਹੈ ਜੀ, 40 ਦਾ 3/2 ਹੈ ਨਾ, ਹੁਣ ਇੰਨੀ ਅਮਾਊਂਟ ਰਹੇਗੀ ਮੇਰੀ, ਸਮਝ ਆ ਰਿਹਾ ਕਿਸੇ ਨੂੰ, ਜਾਂ ਤੁਸੀਂ ਐਵੇਂ ਕਰ ਸਕਦੇ ਹੋ, ਹਾਂਜੀ ਉਹੀ ਤਾਂ ਮੈਂ ਸਮਝਾਊਂਗਾ ਨਾ ਬਾਅਦ ਚੋਂ, ਬਟ ਬੇਸਿਕਲੀ ਮੈਂ ਉਹਦੇ ਪੁਆਇੰਟਾਂ 'ਚ ਤਾਂ ਹੀ ਨਹੀਂ ਰੱਖਿਆ, ਇੱਕ ਵਾਰ ਤਾਂ ਇਹ ਚੀਜ਼ ਕਰਨੀ ਪਊਗੀ ਨਾ, ਹਾਂ ਉਹ ਬਾਅਦ ਦਾ ਸਟੈਪ ਹੈ ਜਦੋਂ ਤੁਸੀਂ ਦੱਸੋਗੇ, ਤਾਂ ਹੀ ਤਾਂ ਮੈਂ ਪੁਆਇੰਟਾਂ 'ਚ ਲੈ ਕੇ ਨਹੀਂ ਆਇਆ, ਮੈਨੂੰ ਪਤਾ ਵੀ ਉਸ ਤੋਂ ਬਾਅਦ ਮੈਨੇ 8 ਮਹੀਨੇ ਹੋਰ ਰੱਖਣਾ ਨਾ ਕੈਪੀਟਲ ਨੂੰ, ਉਹ ਤਾਂ ਬਾਅਦ ਦੀ ਗੱਲ ਹੈ, ਮੈਂ ਸਿਰਫ ਇਸ ਚੀਜ਼ 'ਤੇ ਫੋਕਸ ਕਰ ਰਿਹਾ ਕਿ 105 ਦਾ 3/2 ਮੈਂ ਕਿਉਂ ਕਰਤਾ, ਇਸ ਚੀਜ਼ ਦੀ ਅੰਡਰਸਟੈਂਡਿੰਗ ਹੈਗੀ ਹੈ ਕਿ ਨਹੀਂ ਹੈ, 50% ਇਨਕਰੀਜ਼ ਕਰਨਾ ਹੈ, 40 ਮੰਨ ਲਓ ਇੱਥੇ ਛੱਡ ਦਿਓ, 40 ਰੁਪਏ ਮੈਂ ਰੱਖ ਰਿਹਾ ਜੀ, ਹੁਣ ਮੈਨੇ ਅਗਲੇ ਕੁਛ ਮੰਥ ਲਈ 40 ਦਾ 50% ਇਨਕਰੀਜ਼ ਕਰਕੇ ਰੱਖਣਾ, 40 ਦਾ 50% 20 ਰੁਪਏ, 40 ਦੇ ਵਿੱਚ ਐਡ ਕਰਕੇ ਤਾਂ ਰੱਖੂੰਗਾ ਨਾ, 60 ਰੁਪਏ ਬਣ ਗਏ, ਤਾਂ 60 ਰੁਪਏ ਕੀ ਨੇ, 40 ਦਾ 3/2 ਟਾਈਮ ਹੈ, ਤਾਂ ਇਹੀ ਮੈਨੇ ਕੀਤਾ, 105 ਰੁਪਏ ਤਾਂ ਮੈਂ ਪਹਿਲਾਂ ਕਰ ਰਿਹਾ ਸੀ, ਹੁਣ 105 ਦਾ 50% ਇਨਕਰੀਜ਼ ਕਰਕੇ ਰੱਖਣਾ, ਤਾਂ ਮੈਨੇ ਕੀ ਕਰਨਾ 3/2 ਟਾਈਮ ਕਰਕੇ ਇਹਨੂੰ ਰੱਖਣਾ, ਜੇ ਕਿਸੇ ਨੂੰ ਇਸ ਚੀਜ਼ 'ਚ ਪ੍ਰੋਬਲਮ ਹੈਗੀ ਤਾਂ ਬਾਅਦ 'ਚ ਸਮਝ ਲਿਓ ਜੀ ਮੇਰੇ ਤੋਂ ਕਿਵੇਂ ਕੱਢਿਆ, ਕਲੀਅਰ ਨਾਓ, ਇਹਨਾਂ 'ਚ ਕੋਈ ਚੇਂਜਿਸ ਹੈਗੀਆਂ ਨੇ ਜੀ, ਕੋਈ ਚੇਂਜਿਸ ਨਹੀਂ ਹੈ, ਤਾਂ ਇਸਦਾ ਮਤਲਬ ਬੀ ਨੇ ਤਾਂ ਜਿੰਨੇ ਇਨਵੈਸਟ ਕੀਤੇ ਸੀ ਉਨੇ ਰੱਖਣੇ ਆ, ਉਹਨੇ ਆਪਣੀ ਇਨਵੈਸਟਮੈਂਟ 'ਚ ਕੋਈ ਚੇਂਜ ਨਹੀਂ ਕੀਤਾ, ਸੀ ਨੇ ਵੀ ਕੋਈ ਚੇਂਜ ਨਹੀਂ ਕੀਤਾ, ਬਟ ਇਹ ਜਿਹੜਾ ਚੱਲਿਆ ਚੱਲਿਆ ਕਿੰਨਾ ਟਾਈਮ, ਟੋਟਲ 1 ਈਅਰ, ਮੈਂ ਤੁਹਾਨੂੰ ਕਿਉਂ ਕਹਿ ਰਿਹਾ ਸੀ ਪਿਛਲੇ ਕੁਐਸਚਨ ਦੇ ਵਿੱਚ ਵੀ ਐਂਡ ਦੇ ਵਿੱਚ ਆਹ ਚੀਜ਼ ਪੜ੍ਹਨੀ ਬਹੁਤ ਜ਼ਰੂਰੀ ਹੈ, 2 ਸਾਲ ਲਈ ਇਨਵੈਸਟ ਕਹਿ ਰਿਹਾ ਕਿ 1.5 ਸਾਲ ਲਈ ਇਨਵੈਸਟ ਕਹਿ ਰਿਹਾ, ਬਹੁਤ ਇੰਪੋਰਟੈਂਟ ਹੈ, 4 ਮਹੀਨੇ ਸਾਰਿਆਂ ਨੇ ਪਹਿਲਾਂ ਉੱਪਰ ਐਵੇਂ ਕਰ ਲਿਆ ਸੀ, ਬਚ ਗਏ 1 ਸਾਲ 'ਚੋਂ ਕਿੰਨੇ, 8 ਮੰਥ, ਤਾਂ ਇਹ ਵਾਲੀ ਕੈਪੀਟਲ ਜਿਹੜੀ ਹੈਗੀ ਹੈ ਹੁਣ 8-8 ਮੰਥ ਐਵੇਂ ਮਲਟੀਪਲਾਈ ਹੋਊਗੀ ਜੀ, ਸਮਝ ਆ ਰਹੀ ਗੱਲ, ਜਿਹੜੀ ਕੈਪੀਟਲ ਜਿੰਨੇ ਮੰਥ ਲਈ ਰੱਖੀ ਗਈ ਉਹਨੇ ਨਾਲ ਹੀ ਮਲਟੀਪਲਾਈ ਹੋਣੀ ਹੈ ਨਾ, ਇਹ 4 ਮੰਥ ਲਈ ਉੱਪਰ ਵਾਲੀ ਅਤੇ ਨੀਚੇ ਵਾਲੀ 8-8 ਮੰਥ ਲਈ, ਤਾਂ ਹੁਣ ਕੀ ਕਰਨਾ ਆਪਾਂ ਨੇ, ਪਹਿਲਾਂ ਜਿਵੇਂ ਉਹ ਗੱਲ ਕਰ ਰਹੇ ਸੀਗੇ ਕਿ ਪਹਿਲਾਂ ਇਹਨੂੰ ਐਵੇਂ ਕੱਟ ਲਓ ਉਰੂੰ 2 ਨਾਲ, ਸਿੰਪਲੀਫਾਈ ਸਿੱਧਾ, ਕਲੀਅਰ ਹੈ ਜੀ, ਐਵੇਂ ਕਰ ਰਹੇ ਹਾਂ, ਤਾਂ ਹੁਣ ਕਿੰਨਾ ਆ ਗਿਆ ਜੀ ਇਹ, ਇਸ ਤੋਂ ਇਲਾਵਾ ਵੀ ਕੁਛ ਸਿੰਪਲੀਫਾਈ ਹੁੰਦਾ ਹੈਗਾ ਉਹ ਆਪਾਂ ਐਡ ਸੱਚ ਜਿਹੜਾ ਹੈਗਾ ਹੁਣ ਨਹੀਂ ਕਰ ਸਕਦੇ, ਮੈਂ ਸਿਰਫ ਇਸ ਫੈਕਟਰ ਨੂੰ ਵੀ ਸਿੰਪਲੀਫਾਈ ਕਰ ਸਕਦਾ, ਇਹ ਨਹੀਂ ਹੈਗਾ ਕਿ ਮੈਂ ਇਹਨਾਂ ਨੂੰ ਕਰਦਾ, ਕਾਰਨ ਉਹਦਾ ਕਾਰਨ ਇਹ ਹੈ ਕਿ ਆਹ ਜਿਹੜੀ ਕੈਪੀਟਲ ਹੈ ਅਤੇ ਆਹ ਜਿਹੜੀ ਕੈਪੀਟਲ, ਇਹਨਾਂ ਦੋਨਾਂ 'ਚ ਪਲੱਸ ਪਿਆ ਨਾ, ਇਹ 4 ਮਹੀਨੇ ਦੀ ਕੈਪੀਟਲ ਹੈ, 8 ਮਹੀਨੇ ਦੀ ਕੈਪੀਟਲ ਹੈ, ਹੁਣ ਇਹਨਾਂ ਦੋਨਾਂ 'ਚ ਪਲੱਸ ਪਿਆ, ਹਾਂਜੀ ਕਿਹੜੀ ਆਹ ਵਾਲੀ ਕੈਪੀਟਲ, ਹਾਂਜੀ ਉਹ ਮੈਂ ਜਾਣ ਕੇ ਸਮਝਾਇਆ, ਕਿਉਂਕਿ ਇਹਨਾਂ ਦੀ ਕੈਪੀਟਲ ਅਗਰ ਚੇਂਜ ਹੁੰਦੀਆਂ, ਮੰਨ ਲਓ ਜਿਵੇਂ ਏ 50% ਇਨਕਰੀਜ਼ ਕਰ ਰਿਹਾ ਤਾਂ ਬੀ ਵੀ ਕਰ ਸਕਦਾ ਸੀ, ਤਾਂ ਕਿਸੇ ਬਿਗਿਨਰ ਬੱਚੇ ਨੂੰ ਕੋਈ ਡਾਊਟ ਨਾ ਆਵੇ, ਤਾਂ ਮੈਨੇ ਇਸ ਕਰਕੇ ਜਿਹੜਾ ਹੈਗਾ ਉਹ ਨਹੀਂ ਕੀਤਾ,
ਅਦਰਵਾਈਜ਼ ਜਦੋਂ ਤੁਸੀਂ ਇਹਨੂੰ ਜੋੜੋਗੇ ਮੈਂ ਕੀ ਕਹਿ ਰਿਹਾ ਕਿ ਪਲੱਸ ਪੇ ਹੈ, ਸਮਝੋ ਨਾ ਉਸ ਚੀਜ਼ ਨੂੰ ਮੈਂ ਕੀ ਕਹਿ ਰਿਹਾ ਕਿ ਪਲੱਸ ਪੇ ਹੈ, ਤਾਂ ਓਬਵੀਅਸਲੀ 40 ਕਾਮਨ ਆਊਗਾ, ਸਮਝ ਰਹੇ ਹੋ? ਬਿਗਿਨਰ ਬੱਚੇ ਨੂੰ ਕੋਈ ਇਹ ਚੀਜ਼ ਡਾਊਟ ਨਾ ਆ ਜਾਵੇ ਵੀ ਮੈਂ ਉਰੇ ਤਾਂ 12 ਰੱਖ ਲਿਆ ਜੀ, ਉਰੇ ਤੁਸੀਂ 4 ਹੀ ਦੱਸੀ ਹੈ ਸਾਨੂੰ, ਉਹ ਚੀਜ਼ ਸਮਝ ਨਹੀਂ ਆਉਂਦੀ ਕਦੇ ਕਦੇ। ਤਾਂ ਇਸ ਕਰਕੇ ਮੈਨੇ ਅਲੱਗ ਅਲੱਗ ਲਿੱਤੀਆਂ ਕਿ ਉੱਪਰ ਵਾਲੀਆਂ ਕੈਪੀਟਲ 4 ਮੰਥ ਚੱਲੀਆਂ, ਨੀਚੇ ਵਾਲੀਆਂ ਕੈਪੀਟਲ 8 ਮੰਥ ਚੱਲੀਆਂ, ਲੇਕਿਨ ਸੇਮ ਚੀਜ਼ ਹੈ ਕਿ ਅਗਰ ਇਹਨਾਂ ਦੀ ਕੈਪੀਟਲ ਚੇਂਜ ਨਹੀਂ ਹੋਈ ਤਾਂ ਮੈਂ ਉਹਨੂੰ 12 ਮੰਥ ਲਈ ਰੱਖ ਸਕਦਾ। ਤੁਸੀਂ ਇੱਥੋਂ ਕਰ ਲਓ, ਕੋਮਨ ਕੱਢ ਲਓ, 36 ਕੋਮਨ ਆ ਗਿਆ ਤਾਂ ਐਡ ਹੋ ਗਏ 12। ਕਰੋ ਜੀ ਕੈਲਕੂਲੇਸ਼ਨ, ਦੱਸ ਦਿਓ ਮੈਨੂੰ, ਠੀਕ ਹੈ ਮੈਂ ਇੱਥੇ ਕੀ ਲਿਖਾਂ। ਐਕਚੁਲੀ ਉੱਥੇ ਮੈਂ ਲਿਖ ਤਾਂ ਦੇਵਾਂ ਬਟ ਉੱਥੇ ਕਲੀਅਰ ਨਹੀਂ ਹੋਏਗਾ ਜੀ ਸਟੂਡੈਂਟਸ ਨੂੰ। ਆਪਣਾ ਕੀ ਸੀਗਾ ਜੀ, ਦੇਖੋ 4 × 105, ਇਹਦੇ ਨਾਲ ਇੱਕ ਕੈਪੀਟਲ ਐਡ ਹੋਈ ਹੋਈ ਹੈ ਜੀ, ਘੱਟ ਤਾਂ ਸੀਗਾ, 2 ਨਾਲ 4 ਨਾਲ ਹੀ ਮਲਟੀਪਲਾਈ ਹੋਇਆ ਹੋਇਆ ਜੀ, ਕੀ 105 ਐਵੇਂ ਸੀਗਾ ਜੀ। ਹੁਣ ਗੁਣਾ 3 ਵੀ ਤਾਂ ਹੈਗਾ ਨਾ ਉਰੇ, ਇਹੀ ਹੈ ਨਾ ਕੈਲਕੂਲੇਸ਼ਨ, ਆ ਪਲੱਸ ਹੈ ਜੀ ਉਰੇ, ਨਾ ਉਹ ਰੇਸ਼ੋ। ਨੈਕਸਟ 40 × 12 ਡਾਇਰੈਕਟ ਲਿਖ ਸਕਦੇ ਹੋ, ਫਿਰ ਕਿੰਨਾ ਸੀ ਜੀ 36 × 12। ਨਾਓ ਇਸ ਪਾਰਟ ਦੇ ਵਿੱਚ ਮੈਨੂੰ 105 ਕੋਮਨ ਦਿਖ ਰਿਹਾ ਜੀ, 105 ਕੋਮਨ ਦਿਖ ਰਿਹਾ ਆਪਾਂ ਨੂੰ, ਤਾਂ ਉਰੇ 4 ਬਚੇ ਹੈ, ਉਰੇ 12, ਕਿੰਨਾ ਹੋ ਗਿਆ ਜੀ ਟੋਟਲ? ਹੁਣ ਇਹ ਬਾਏ ਡਿਫਾਲਟ ਕੈਲਕੂਲੇਸ਼ਨ ਹੈ ਜੀ, ਮੇਰਾ ਕਸੂਰ ਨਹੀਂ ਹੈਗਾ ਵੀ ਉਰੇ 16 ਆ ਗਿਆ ਜੀ, ਉੱਥੇ 12 ਚੱਲ ਰਿਹਾ, ਠੀਕ ਹੈ ਕਿਤੇ ਕਹਿ ਦਿਓ ਜੀ ਉਰੇ 16 ਕਿਵੇਂ ਬਣਾ ਤੇ ਤੁਸੀਂ, ਮੇਰਾ ਕਸੂਰ ਨਹੀਂ ਹੈਗਾ ਜੀ, ਹੁਣ ਇਹ ਕੈਲਕੂਲੇਸ਼ਨ ਚੱਲ ਰਹੀ ਹੈ। ਕਰੋ ਜੀ ਸੋਲਵ, ਕੀ ਪੁੱਛਿਆ ਸੀਗਾ, ਆਨਸਰ ਆ ਰਿਹਾ ਕਿ ਨਹੀਂ ਆ ਰਿਹਾ? 16 ਸਾਰਾ ਕੁਛ ਕੱਟ ਕਟਾ ਕੇ, ਸਾਰਾ ਕੁਛ ਕੱਟ ਕਟਾ ਕੇ ਕਿੰਨਾ ਆ ਗਿਆ ਜੀ? ਪੁੱਛਿਆ ਕੀ ਆਪਾਂ ਨੂੰ? 20 ਪ੍ਰੋਫਿਟ ਪੁੱਛਿਆ, 10 ਆਊਟ ਆਫ 54, ਕੱਟ ਰਿਹਾ ਕਿਤੇ? ਕੈਲਕੂਲੇਸ਼ਨ ਦੇਖ ਲਿਓ ਯਾਰ ਤੁਸੀਂ, ਜਾ ਰਿਹਾ 6 ਦੇ ਟੇਬਲ ਦੇ 4, ਮੇਰਾ ਤਾਂ 4 ਜਾ ਰਿਹਾ ਜੀ, 4 'ਤੇ ਜਾ ਰਿਹਾ ਹਾਂ, 6 ਦਾ ਟੇਬਲ ਕਿਵੇਂ ਹੋ ਗਿਆ ਫਿਰ? ਠੀਕ ਹੈ ਜੀ, ਸਮਝ ਰਹੇ ਹੋ ਕਿ ਕੰਪਲੈਕਸਿਟੀ ਕੁਐਸਚਨ ਦੀ ਕਿਵੇਂ ਦਿੱਤੀ ਜਾਊਗੀ? ਉਹ ਜਿਹੜਾ ਸਟਾਰਟਿੰਗ ਤੋਂ ਆਪਾਂ ਕੀਤਾ ਉਹ ਨਹੀਂ ਆਊਗਾ, ਟਾਈਮ ਪੀਰੀਅਡਸ ਅਲੱਗ ਅਲੱਗ ਹੋਣਗੇ, ਕੈਲਕੂਲੇਸ਼ਨ ਨੂੰ ਕਿੰਨਾ ਮਾਈਨਰ ਜਾ ਕੇ ਸੋਲਵ ਕਰ ਪਾਓਗੇ ਡਿਪੈਂਡ ਕਰਦਾ ਜਿਸ ਬੰਦੇ ਨੇ ਕੁਐਸਚਨ ਪੁਆਇੰਟਾਂ 'ਚ ਰੱਖ ਲਿਆ, ਉਹ ਟਰੈਪ 'ਚ ਫਸ ਗਿਆ, ਸਮਝ ਆ ਰਹੇ ਗੱਲ? ਫਰੈਕਸ਼ਨਸ ਜਿਹੜੇ ਹੈਗੇ ਆ ਬਹੁਤ ਧਿਆਨ ਨਾਲ ਲੈਣੇ ਹੁੰਦੇ ਆ ਕਿ ਮੈਂ ਕਦੋਂ ਉਹਨੂੰ ਪੁਆਇੰਟਸ 'ਚ ਕਨਵਰਟ ਕਰਨਾ, ਕਦੋਂ ਮੈਂ ਕੈਲਕੂਲੇਸ਼ਨ ਨੂੰ ਫਰੈਕਸ਼ਨ ਦੇ ਵਿੱਚ ਹੀ ਰੱਖਣਾ। ਕਲੀਅਰ ਹੈ ਜੀ? ਲਾਈਵ ਕਲਾਸ 'ਚ ਕਿਸੇ ਸਟੂਡੈਂਟ ਦਾ ਕੋਈ ਡਾਊਟ ਹੈ ਤਾਂ ਦੱਸ ਦਿਓ, ਬਟ ਕੈਲਕੂਲੇਸ਼ਨ ਦੇ ਰਿਗਾਰਡਿੰਗ ਨਾ ਪੁੱਛਿਓ ਜੀ, ਕੈਲਕੂਲੇਸ਼ਨ ਮੈਂ ਤੁਹਾਨੂੰ ਸਾਰੀ ਸਮਝਾਤੀ। ਹਾਂਜੀ, ਟਾਈਮ ਕੰਜ਼ੂਮਿੰਗ ਕਰਦੇ ਬਟ ਪ੍ਰੈਕਟਿਸ ਹੋਣੀ ਚਾਹੀਦੀ ਹੈ ਨਾ, ਜਦੋਂ ਤੁਸੀਂ 100-200 ਕੁਸ਼ਚਨ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਸ ਕੁਸ਼ਚਨ ਦੀ ਕੈਲਕੂਲੇਸ਼ਨ ਕਿਵੇਂ ਕਰਨੀ ਹੈ। ਰੱਖਣ ਨੂੰ ਤਾਂ ਮੈਂ ਵੀ ਪੁਆਇੰਟਸ 'ਚ ਰੱਖ ਸਕਦਾ ਸੀ, ਜਦੋਂ ਮੈਨੂੰ ਕੁਸ਼ਚਨ ਪੜ੍ਹਦੇ ਡਾਊਟ ਆਇਆ ਕਿ ਪੁਆਇੰਟਸ 'ਚ ਹੈ ਤਾਂ ਮੈਨੇ ਤੁਹਾਨੂੰ ਰਖਵਾਇਆ ਹੀ ਨਹੀਂ, ਮੈਂ ਲੈ ਕੇ ਚੱਲ ਰਿਹਾ। ਹੁਣ ਇਹ ਥੋੜ੍ਹੇ ਕਿ ਕੁਸ਼ਚਨ ਮੈਨੇ ਪ੍ਰੈਕਟਿਸ ਕੀਤੇ ਹੋਏ ਆ ਪਹਿਲਾਂ ਘਰੋਂ, ਤਾਂ ਡਿਪੈਂਡ ਕਰਦਾ ਜੀ ਕਿੰਨੇ ਕੁਸ਼ਚਨਸ ਤੁਸੀਂ ਬੈਕ ਐਂਡ 'ਤੇ ਪ੍ਰੈਕਟਿਸ ਕਰਦੇ ਹੋ ਕਿਸੇ ਕੁਸ਼ਚਨ ਕਿਸੇ ਟੋਪਿਕ ਨੂੰ ਕਰਨ ਤੋਂ ਬਾਅਦ। ਕੁਸ਼ਚਨ ਨੰਬਰ 9,
ਹੁਣ ਬਿਜ਼ਨਸ ਜੁਆਇਨ ਕਰ ਰਹੇ ਹਾਂ ਜੀ, ਛੱਡ ਰਹੇ ਹਾਂ, ਐਵੇਂ ਦੇ ਹੀ ਕੁਸ਼ਚਨ ਚੱਲਣਗੇ, ਸਿੰਪਲ ਕੁਸ਼ਚਨ ਕੋਈ ਨਹੀਂ ਚੱਲੇਗਾ। ਬੇਸਿਕ ਕਨਸੈਪਟ ਉਹੀ ਹੈ, ਮਨੀ ਨੂੰ ਜਿੰਨੇ ਟਾਈਮ ਲਈ ਇਨਵੈਸਟ ਕੀਤਾ ਜਾ ਰਿਹਾ ਉਹਦੇ ਨਾਲ ਮਲਟੀਪਲਾਈ ਕਰ ਲਓ ਬਸ। ਏ ਸਟਾਰਟਸ ਬਿਜ਼ਨਸ ਵਿਦ ਰੁਪੀਸ 3500 ਐਂਡ 5 months ਲੇਟਰ ਬੀ ਜੁਆਇਨ ਐਜ ਇਜ ਪਾਰਟਨਰ। ਦੋਨੋਂ ਪਰਸਨ ਬਿਜ਼ਨਸ ਜਿਹੜੇ ਹੈਗੇ ਇਕੱਠੇ ਜੁਆਇਨ ਨਹੀਂ ਕਰਦੇ। ਸਭ ਤੋਂ ਪਹਿਲਾਂ ਤਾਂ ਇਕੱਲਾ ਏ ਹੀ ਸਟਾਰਟ ਕਰ ਰਿਹਾ ਸੀਗਾ ਜੀ 3500 ਰੁਪਏ, ਅਤੇ ਉਹ 5 ਮਹੀਨੇ ਬਾਅਦ ਉਹਦੇ 'ਚ ਕੌਣ ਆਇਆ ਜੀ, ਬੀ ਆਇਆ, ਯਾਨੀ ਕਿ ਏ 5 ਮਹੀਨੇ ਤਾਂ ਕਰਿਆ ਹੀ ਹੈ ਨਾ, ਬੀ ਨੂੰ ਪਤਾ ਲੱਗ ਗਿਆ ਵੀ ਪ੍ਰੋਫਿਟ ਜ਼ਿਆਦਾ ਹੋ ਰਿਹਾ, ਕਰ ਲਓ ਪਾਰਟੀਸਪੇਟ ਹੈ। ਚਲੋ ਜੀ, ਬੀ ਨੇ ਜੁਆਇਨ ਕੀਤਾ ਜੀ ਉਹਦੇ ਪਾਰਟਨਰ ਦੇ ਤੌਰ 'ਤੇ। ਆਫਟਰ ਏ ਈਅਰ ਦ ਪ੍ਰੋਫਿਟ ਆਰ ਡਿਵਾਈਡਡ ਇਨ ਦਾ ਰੇਸ਼ੋ ਆਫ 2:3। ਬੀ ਆ ਤਾਂ ਰਹੇ ਬਟ ਐਂ ਨਹੀਂ ਪਤਾ ਕਿ ਕਿੰਨੇ ਅਮਾਊਂਟ ਲੈ ਕੇ ਆ ਰਹੇ। ਤਾਂ ਬੀ ਨੇ 5 ਮਹੀਨੇ ਬਾਅਦ ਕੀਤਾ, ਅਤੇ ਲਾਸਟ ਤੱਕ ਗੱਲ ਕਿੰਨੀ ਚੱਲ ਰਹੀ, 1 ਈਅਰ ਦੀ ਹੋਈ, ਤਾਂ ਬੀ ਨੇ ਸਿਰਫ 7 month ਹੀ ਕੰਟਰੀਬਿਊਟ ਕੀਤਾ ਹੋਊਗਾ ਜੀ, 5 ਮਹੀਨੇ ਤਾਂ ਪਹਿਲੀ ਹੀ ਟਪਾ ਗਿਆ ਜੀ ਉਹ। ਲੇਕਿਨ ਏ ਦੀ ਕੈਪੀਟਲ ਕਿੰਨੇ ਮੰਥ ਚੱਲਣੀ ਹੈ ਹੁਣ, 7 month ਹੋਰ ਚੱਲਣੀ ਹੈ ਨਾ, ਤਾਂ ਉਰੇ 5+7 ਕਰਨ ਦੀ ਬਜਾਏ ਮੈਂ ਉਰੇ ਫੇਰ ਲਿਖਦਾ ਕਿ 3500 7 month ਫੇਰ ਚੱਲਦੀ, ਕਿਉਂਕਿ ਉਹਨੇ ਚੇਂਜ ਤਾਂ ਕੀਤਾ ਨਹੀਂ ਏ ਨੇ ਆਪਣਾ ਇਨਵੈਸਟਮੈਂਟ, ਸਿਰਫ ਬੀ ਐਡ ਆ ਰਿਹਾ। ਤਾਂ ਇਸ ਨੂੰ ਆਹ ਚੀਜ਼ ਕਰਨ ਦੀ ਬਜਾਏ ਮੈਂ ਲਿਖਦਾ ਕਿ ਏ ਨੇ 12 ਦੇ 12 month ਆਪਣੀ ਕੈਪੀਟਲ ਚਲਾ ਕੇ ਰੱਖੀ ਅਤੇ ਬੀ ਆਇਆ ਸਿਰਫ 7 month ਲਈ ਹੈ। ਹੁਣ ਇਹ ਰੇਸ਼ੋ ਕੈਲਕੂਲੇਟ ਕਰ ਲਓ ਪਹਿਲਾਂ ਤਾਂ ਕਿੰਨੀ ਆ ਗਈ ਜੀ ਇਹ, 12 × 5=60, ਇਹੀ ਰੇਸ਼ੋ ਆ ਰਹੀ ਹੈ। ਸਿੰਪਲ ਰੇਸ਼ੋ ਹੀ ਕੱਢੀ ਹੈ ਜੀ ਮੈਂ, ਇਹ ਏ ਹੈ ਇਹ ਬੀ ਹੈ, ਮੈਂ ਕਿਹਾ ਕਿ ਇਹੀ ਰੇਸ਼ੋ ਤੁਹਾਡੀ ਪ੍ਰੋਫਿਟ ਰੇਸ਼ੋ ਹੋਣੀ ਚਾਹੀਦੀ ਹੈ, ਹਰ ਇੱਕ ਕੁਸ਼ਚਨ 'ਚ ਇਹੀ ਚੀਜ਼ ਕਹਿ ਰਹੇ ਹਾਂ, ਇਹੀ ਰੇਸ਼ੋ ਤੁਹਾਡੀ ਪ੍ਰੋਫਿਟ ਰੇਸ਼ੋ ਹੋਣੀ ਚਾਹੀਦੀ ਹੈ, ਬਟ ਮੈਨੂੰ ਕਿੰਨੀ ਗਿਵਨ ਹੈ, 2 ਤੇ 3। ਮੈਨੂੰ ਕਹਿੰਦਾ ਜੀ ਇਹ ਵਾਲੀ ਰੇਸ਼ੋ ਨਹੀਂ ਹੈ, ਰੇਸ਼ੋ ਤਾਂ ਹੈ, ਤਾਂ ਇਸ 2 ਨੂੰ ਤੁਸੀਂ 6000 ਬਣਾਉਣਾ, 3000 ਐਵੇਂ ਕਰ ਦਾਂਗੇ ਹੁਣ ਡਾਇਰੈਕਟ ਆਪਾਂ, ਦੱਸੋ ਕਿਉਂ ਲਾਈਵ ਕਲਾਸ ਵਾਲੇ ਕੁਛ ਡਾਊਟਸ, ਹਾਂਜੀ ਬੋਲੋ ਕਿਵੇਂ ਕਰਦਾਂਗੇ ਦੱਸੋ, ਇਹ ਚੀਜ਼ ਤਾਂ ਪਤਾ ਲੱਗ ਗਈ ਨਾ, ਇੱਕ ਮਿੰਟ ਸੋਰੀ, ਮੈਂ ਸਿਰਫ ਇਹ ਚੀਜ਼ ਪੁੱਛਣਾ ਚਾਹ ਰਿਹਾ, ਇਹ ਚੀਜ਼ ਤਾਂ ਪਤਾ ਲੱਗ ਗਈ ਨਾ ਕਿ ਮੈਂ ਐਂਡ ਦੇ ਵਿੱਚ ਕਿਸ ਚੀਜ਼ ਦੀ ਰੇਸ਼ੋ ਦੱਸਦਾ ਹੁਣ ਹਰ ਕੁਸ਼ਚਨ 'ਚ, ਕਿ ਆਹੀ ਰੇਸ਼ੋ ਤੁਹਾਡੀ ਪ੍ਰੋਫਿਟ ਰੇਸ਼ੋ ਹੈ, ਪ੍ਰੋਫਿਟ ਰੇਸ਼ੋ ਮੇਰੀ ਇੰਨੀ ਆ ਰਹੀ ਹੈ ਜੀ, ਬਟ ਉਹਨਾਂ ਨੇ ਕੀ ਕੀਤਾ ਕਿ ਪ੍ਰੋਫਿਟ ਰੇਸ਼ੋ 2:3 ਹੈਗੀ ਹੈ। ਤਾਂ ਹੁਣ ਦੱਸੋ ਜੀ ਮੈਨੂੰ ਕਿਵੇਂ ਪਤਾ ਲੱਗੂਗਾ ਕਿ ਉਰੇ ਮੈਂ ਹੋਰ ਕਿੰਨੇ ਫੈਕਟਰ ਨਾਲ ਮਲਟੀਪਲਾਈ ਕਰਾਂ, ਜਿਹੜਾ ਕਿ ਮੈਨੂੰ ਕੀ ਦੱਸੂਗਾ, ਬੀ ਦੀ ਅਮਾਊਂਟ ਦੀ ਗੱਲ ਦੱਸੂਗਾ ਵੀ ਉਹਨੇ ਕਿੰਨਾ ਪੈਸਾ ਇਨਵੈਸਟ ਕੀਤਾ, ਹਾਊ ਮੱਚ ਡਿਡ ਬੀ ਕੰਟਰੀਬਿਊਟਡ, ਇੱਥੋਂ ਹੀ ਤਾਂ ਪਤਾ ਲੱਗੂਗਾ ਨਾ ਫਿਰ ਹੁਣ ਆਪਾਂ ਨੂੰ। ਤਾਂ ਇੱਥੇ 2 ਤੇ 3, ਹਾਂਜੀ 9000, ਹਾਂਜੀ ਠੀਕ ਹੈ 9000, ਤਾਂ ਹੀ ਤਾਂ 2 ਤੇ 3 ਬਣ ਜੂਗਾ ਨਾ, ਜੇ ਮੈਂ ਉਰੇ 9000 ਰੱਖੂਗਾ ਤਾਂ ਕੱਟ ਕੇ ਕਿੰਨੀ ਬਣ ਜੂਗੀ ਇਹ 2 ਤੇ 3, ਤਾਂ ਹੀ ਆਊਗੀ ਆਹ ਵਾਲੀ ਰੇਸ਼ੋ ਜਿਹੜੀ ਮੈਨੂੰ ਕੁਸ਼ਚਨ 'ਚ ਗਿਵਨ ਹੈ। ਕਲੀਅਰ ਹੈ ਜੀ ਡਾਊਟ, ਕਰ ਲਓਗੇ ਸੋਲੋ, ਬੇਸਿਕ ਕੈਲਕੂਲੇਸ਼ਨ ਹੈ ਜੀ ਇਹ ਤਾਂ। ਚਲੋ ਠੀਕ ਹੈ ਜੀ, ਆਹੀ ਹੈ ਜੀ ਆਨਸਰ। ਕੁਸ਼ਚਨ ਨੰਬਰ 10, ਵਿਜੀਬਲ ਨਹੀਂ ਹੈਗਾ ਤਾਂ ਦੱਸ ਦਿਆ ਕਰੋ ਜੀ, ਮੈਨੂੰ ਲੱਗਦਾ ਇੰਨਾ ਵਿਜੀਬਲ ਹੋ ਰਿਹਾ ਕਿਉਂਕਿ ਜ਼ਿਆਦਾ ਉਹ ਕਰਾਂਗੇ ਫਿਰ ਇੱਧਰ ਚਲਾ ਜਾਏਗਾ ਜੀ ਕੁਸ਼ਚਨ। ਗੁਪਤਾ ਅਤੇ ਬੰਸਲ, ਠੀਕ ਹੈ ਜੀ, ਗੁਪਤਾ ਐਂਡ ਬੰਸਲ
enters into a partnership with the capitals in the ratio. Exact capital is not given. What is given? Just ratios. ਮੈਨੂੰ ਗੁਪਤਾ ਅਤੇ ਬੰਸਲ ਦੀਆਂ ਇਨਵੈਸਟਮੈਂਟ ਨਹੀਂ ਦੱਸੀਆਂ, ਬਸ ਹਿਸਾਬ ਕਿਤਾਬ ਜਿਹਾ ਦੱਸਤਾ ਵੀ ਜੇ ਉਹ 5 ਰੁਪਇਆ ਤਾਂ 6 ਰੁਪਏ। ਐਟ ਦਾ ਐਂਡ ਆਫ ਦਾ 8 ਮੰਥਸ ਗੁਪਤਾ ਨੇ ਵਿਦਡਰਾਅ ਕਰ ਲਈ ਆਪਣੀ ਕੈਪੀਟਲ, ਯਾਨੀ ਕਿ ਗੁਪਤਾ ਨੇ ਆਹ ਵਾਲੀ ਕੈਪੀਟਲ ਜਿਹੜੀ ਹੈਗੀ 5 ਮੰਥ ਤਾਂ ਰੱਖੀ ਹੋਊਗੀ ਨਾ, ਉਸ ਤੋਂ ਬਾਅਦ ਉਹਨੇ ਵਿਦਡਰਾਅ ਕਰ ਲਈ 8 ਮੰਥ, ਠੀਕ ਹੈ ਜੀ। ਇਫ ਦੇ ਰਿਸੀਵ ਦਾ ਪ੍ਰੋਫਿਟ ਇਨ ਦਾ ਰੇਸ਼ੋ, ਫੇਅਰ ਐਂਡ ਦੇ ਵਿੱਚ ਉਹਨਾਂ ਨੇ ਪ੍ਰੋਫਿਟ ਰੇਸ਼ੋ ਗਿਵਨ ਕਰ ਰੱਖੀ ਹੈ, ਪਿਛਲੇ ਕੁਸ਼ਚਨ ਨਾਲੋਂ ਕੁਛ ਲੱਗਣੀ ਹੈ ਜੀ। ਫਾਇੰਡ ਹਾਓ ਲੌਂਗ ਬੰਸਲ ਕੈਪੀਟਲ ਵਾਜ ਯੂਜ਼ਡ, ਬੰਸਲ ਦੀ ਕੈਪੀਟਲ ਦੱਸਣੀ ਹੈ ਜੀ ਕਿੰਨੇ ਟਾਈਮ ਲਈ ਰਹੀ। ਨਾਓ ਟਾਈਮ ਪੀਰੀਅਡ ਆਪਾਂ ਨੂੰ ਗਿਵਨ ਹੀ ਨਹੀਂ ਹੈ, ਉਹੀ ਤਾਂ ਪੁੱਛ ਰਿਹਾ ਵੀ ਇਹਨੇ ਤਾਂ 5 ਮੰਥ ਰੱਖਿਆ ਸੀ, ਉਸ ਤੋਂ ਬਾਅਦ ਵਿਦ ਡਰੋ ਕਰ ਲਈ। ਹਾਂਜੀ ਕਿਵੇਂ ਕਰੋਗੇ ਕੁਸ਼ਚਨ, ਆਹ ਵੀ ਗਿਵਨ ਆਪਾਂ ਨੂੰ। ਦੇਖਦੇ ਹਾਂ ਜੀ, ਕਿੰਨਾ ਜੀ 253, ਆਪਾਂ ਨੇ ਐਵੇਂ ਦੱਸਣਾ ਜੀ ਉਹ ਕਿੰਨੇ ਮੰਥਲੀ ਇਨਵੈਸਟ ਕਰ ਰਿਹਾ, ਇਹਨਾਂ 'ਚ ਆਪਸ਼ਨ 'ਚ ਦੱਸੋ 9 ਮੰਥਸ, 8 ਮੰਥਸ, ਡੇਢ ਸਾਲ ਜੀ, ਇੱਕ ਸਾਲ, ਬਸ ਲਾਸਟ ਕੁਸ਼ਚਨ ਹੀ ਕਰਦੇ ਹਾਂ, ਜਲਦੀ ਜਲਦੀ ਦੱਸ ਦਿਓ ਆਨਸਰ ਇਹਦਾ ਕਿਵੇਂ ਸੋਲਵ ਕਰੋਗੇ। ਆ ਮੈਨੂੰ ਆਹ ਰੇਸ਼ੋ ਚਾਹੀਦੀ ਹੈ ਜੀ, ਅਗਰ ਤੁਹਾਨੂੰ ਪਿਛਲਾ ਕੁਸ਼ਚਨ ਸਮਝ ਆ ਗਿਆ ਫਿਰ ਤਾਂ ਆਨਸਰ ਮੈਨੂੰ ਦੇ ਦਿਓ, ਸੇਮ ਹੈ, ਕੁਛ ਵੀ ਚੇਂਜਿਸ ਨਹੀਂ ਹੈ ਜੀ। ਚਲੋ ਕੱਲ੍ਹ ਦੱਸ ਦਿਓ ਜੀ ਮੈਨੂੰ ਕੈਲਕੂਲੇਸ਼ਨ, ਕਿਉਂਕਿ ਮੈਨੂੰ ਪਿਛਲਾ ਕੁਸ਼ਚਨ ਦੀ ਅੰਡਰਸਟੈਂਡਿੰਗ ਚਾਹੀਦੀ ਹੈ ਤੁਹਾਡੀ, ਠੀਕ ਹੈ ਜੀ। ਕਰਦੇ ਜੀ ਕਲੀਅਰ ਸਟੇਟਮੈਂਟ ਤੁਹਾਡੇ ਕੋਲ ਹੈਗੀ ਹੈ ਜੀ, ਬਸ ਇੱਕ ਲਾਸਟ ਸਟੈਪ ਦੇ ਵਿੱਚ ਹੀ ਦੱਸਣਾ ਹੁਣ ਤਾਂ। ਓਕੇ ਜੀ, ਥੈਂਕ ਯੂ, ਕੋਈ ਡਾਊਟ ਹੈਗਾ ਤਾਂ ਕੱਲ੍ਹ ਦੀ ਕਲਾਸ ਕੰਟੀਨਿਊ ਕਰ ਲਾਂਗੇ ਜੀ, ਠੀਕ ਹੈ। ਨੈਕਸਟ ਕਲਾਸ ਤੁਹਾਡੀ ਕੰਪਿਊਟਰ ਦੀ ਹੈ ਜੀ, ਓਕੇ।